ਇਹਨਾਂ ਅੱਗੇ ਹੁਣ ਇਹੀ ਬੇਨਤੀ ਕਰਦੇ ਹਾਂ ਵੀ ਇੱਕ ਤਾਂ ਜਿਹੜੀ ਸਾਡੀ ਮੁੱਖ ਮੰਗ ਆ ਛੋਟੀ ਜੀ ਤੁਸੀਂ ਜ਼ਰੂਰ ਪੂਰੀ ਕਰਕੇ ਜਾਏਂਗੇ ਉਹ, ਇੱਕ ਤਾਂ ਇਸ ਗਰਾਊਂਡ ਦੇ ਆਲੇ ਦੁਆਲੇ ਤੁਹਾਡੇ ਲੜਕਾ ਜੀ ਸਿਮਰਜੀਤ ਸਿੰਘ ਜੀ ਢਿੱਲੋਂ ਸਾਹਿਬ ਆਏ ਸੀ ਖੇਡ ਪਾਰਕ ਬਾਰੇ, ਅਤੇ ਦੂਜਾ ਛੋਟੇ ਛੋਟੇ ਜਿਹੜੇ ਕੰਮ ਨੇ ਰਹਿੰਦੇ ਨੇ ਸਾਡੇ ਪਿੰਡ ਦੇ ਉਹਨਾਂ ਨੂੰ ਤੁਸੀਂ ਜ਼ਰੂਰ ਪੂਰਾ ਕਰੇਂਗੇ ਉਹ। ਅਤੇ ਇੱਧਰਲੇ ਪਾਸੇ ਇੱਕ ਸਾਡੇ ਪਾਣੀ ਦੀ ਵੱਡੀ ਪ੍ਰੋਬਲਮ ਆ, ਉਹਦੇ ਬਾਰੇ ਵੀ ਬੇਨਤੀ ਆ ਵੀ ਉਹਦੇ ਬਾਰੇ ਵੀ ਤੁਸੀਂ ਸਾਨੂੰ ਵੱਧ ਤੋਂ ਵੱਧ ਵੱਡੀ ਗ੍ਰਾਂਟ ਦੇ ਕੇ ਜਾਏਂਗੇ ਉਹ। ਇਹਦੇ ਲਈ ਤੁਹਾਡਾ ਅਸੀਂ ਸਾਰੀ ਆਈ ਲੀਡਰ ਦਾ ਧੰਨਵਾਦ। ਹੁਣ ਮੈਂ ਬੇਨਤੀ ਕਰਦਾ ਵੀ ਜਥੇਦਾਰ ਸੰਤਾ ਸਿੰਘ ਜੀ ਮੇਰਪੁਰੀ ਜਿਹੜੇ ਦਿਹਾਤੀ ਦੇ ਪ੍ਰਧਾਨ ਨੇ ਆਪਦੇ ਵਿਚਾਰ ਰੱਖਣ। ਬਹੁਤ ਹੀ ਸਤਿਕਾਰਯੋਗ, ਹਰ ਸਾਲ ਦੀ ਤਰ੍ਹਾਂ ਅੱਜ ਦੇ ਦਿਨ ਤੇ ਵੱਡਾ ਟੂਰਨਾਮੈਂਟ ਕਬੱਡੀ ਦਾ ਖੇਡ ਮੇਲਾ ਕਰਵਾਇਆ ਜਾਂਦਾ ਸਾਰੇ ਗ੍ਰਾਮ ਪੰਚਾਇਤ ਤੇ ਪ੍ਰਬੰਧਕ ਕਮੇਟੀ ਆ ਜੋ ਟੂਰਨਾਮੈਂਟ ਦੀ, ਉਹਨਾਂ ਦੇ ਸਾਰੇ ਸਤਿਕਾਰਯੋਗ ਸੱਜਣ ਅੱਜ ਦੇ ਇਸ ਖੇਡ ਮੇਲੇ ਤੇ ਵਿਸ਼ੇਸ਼ ਤੌਰ ਤੇ ਪਹੁੰਚੇ ਖਿਡਾਰੀਆਂ ਨੂੰ ਆਸ਼ੀਰਵਾਦ ਦੇਣ ਵਾਸਤੇ, ਤੁਹਾਨੂੰ ਸਾਰਿਆਂ ਨੂੰ ਵਧਾਈ ਦੇਣ ਵਾਸਤੇ ਸਰਦਾਰ ਸ਼ਰਨਜੀਤ ਸਿੰਘ ਜੀ ਢਿੱਲੋਂ ਕੈਬਨਿਟ ਮੰਤਰੀ ਪੰਜਾਬ, ਔਰ ਬਹੁਤ ਹੀ ਸਤਿਕਾਰਯੋਗ ਬਾਬਾ ਜਰੂਰ ਸਿੰਘ ਜੀ ਦਰਜਾ ਬਦਰਜਾ, ਹੋਰ ਸਾਰੇ ਆਗੂ ਸਾਹਿਬਾਨ, ਖਿਡਾਰੀ ਬੱਚਿਓ, ਦਰਸ਼ਕ ਵੀਰੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਤੁਸੀਂ ਵਧਾਈ ਦੇ ਪਾਤਰ ਹੋ ਕਿ ਬੜੇ ਸਿਦਕ ਦਿਲੀ ਦੇ ਨਾਲ, ਬੜੇ ਦਿਲਚਸਪੀ ਦੇ ਨਾਲ ਆਪਣੇ ਪੁਰਖਿਆਂ ਨੂੰ ਜਿੱਥੇ ਯਾਦ ਕਰਦੇ ਹੋ ਉੱਥੇ ਉਹਨਾਂ ਦੀ ਯਾਦ ਦੇ ਵਿੱਚ ਵੱਡਾ ਟੂਰਨਾਮੈਂਟ ਵੀ ਖੇਡ ਮੇਲਾ ਕਰਾਉਂਦੇ ਹੋ, ਔਰ ਵੱਡਾ ਖਰਚ ਭਾਵੇਂ ਤੁਹਾਨੂੰ ਸਹਿਣਾ ਪੈਂਦਾ ਪਰ ਤੁਸੀਂ ਉਹ ਪਰੰਪਰਾ ਨੂੰ ਦਿਨ ਪਰ ਦਿਨ ਹੋਰ ਪੱਕੀ ਕਰਦੇ ਹੋ, ਇਹਦੇ ਲਈ ਤੁਸੀਂ ਵਧਾਈ ਦੇ ਪਾਤਰ ਹੋ। ਔਰ ਖੇਡਾਂ ਸਾਡੇ ਪੰਜਾਬ ਦਾ ਅਨਿੱਖੜਵਾਂ ਅੰਗ ਨੇ, ਪੰਜਾਬ ਵਿੱਚ ਖੇਡਾਂ ਔਰ ਮੇਲੇ ਮਸਾਵੇ, ਇਹ ਧਰਤੀ ਦਾ ਨਾਂ ਇਸੇ ਕਰਕੇ ਜਾਣਿਆ ਜਾਂਦਾ, ਇੱਥੇ ਹਰ ਤਰ੍ਹਾਂ ਦੇ ਕਹਿ ਲਈਏ ਇਨਸਾਨ ਜੋ ਵਸਦੇ ਨੇ ਉਹ ਖੇਡ ਮੇਲਿਆਂ ਵਿੱਚ ਮਿਲਦੇ ਵੀ ਨੇ, ਜੁੜਦੇ ਵੀ ਨੇ ਅਤੇ ਖੇਡ ਮੇਲਾ ਦੇਖਦੇ ਨੇ। ਔਰ ਸਾਡੀ ਇਹ ਸਭਤਾ ਹੈ, ਸਾਡੀ ਪਰੰਪਰਾ ਹੈ, ਔਰ ਸਾਡਾ ਵਿਰਸਾ, ਸਾਡੀ ਵਿਰਾਸਤ ਹੈ, ਇਸ ਲਈ ਉਸ ਨੂੰ ਤੁਸੀਂ ਉਜਾਗਰ ਕਰੀ ਰੱਖੇ ਆ, ਵਧਾ ਰਹੇ ਹੋ ਹਰ ਸਾਲ। ਸਾਰੇ ਪ੍ਰਬੰਧਕਾਂ ਦਾ ਅਤੇ ਗ੍ਰਾਮ ਪੰਚਾਇਤ ਦਾ, ਸਹਿਯੋਗੀਆਂ ਦਾ ਬਹੁਤ ਬਹੁਤ ਧੰਨਵਾਦ। ਖਿਡਾਰੀ ਬੱਚਿਓ, ਤੁਹਾਨੂੰ ਸਾਰਿਆਂ ਨੂੰ ਸ਼ਾਬਾਸ਼ੇ, ਔਰ ਦਰਸ਼ਕ ਵੀਰੋ, ਤੁਹਾਡਾ ਸਾਰਿਆਂ ਦਾ ਧੰਨਵਾਦ। ਬਾਕੀ ਢਿੱਲੋਂ ਸਾਹਿਬ ਤੁਹਾਡੇ ਨਾਲ ਆਪਣੇ ਜੋ ਵਿਚਾਰ ਸਾਂਝੇ ਕਰਦੇ ਹੋਏ, ਅਗਲਾ ਜੋ ਪ੍ਰੋਗਰਾਮ ਹੈ ਇਸ ਇਲਾਕੇ ਦੀ ਖਾਸ ਤੌਰ 'ਤੇ ਪਿੰਡ ਦੀ ਡਿਵੈਲਪਮੈਂਟ ਦਾ, ਉਹਦੇ ਬਾਰੇ ਵਿਚਾਰ ਸਾਂਝੇ ਕਰਨਗੇ। ਮੈਂ ਤਾਂ ਕੇਵਲ ਤੁਹਾਨੂੰ ਵਧਾਈ ਦੇਣ ਵਾਸਤੇ, ਖਿਡਾਰੀਆਂ ਬੱਚਿਆਂ ਨੂੰ ਸ਼ਾਬਾਸ਼ ਦੇਣ ਵਾਸਤੇ ਪਹੁੰਚਿਆ। ਬਹੁਤ ਧੰਨਵਾਦ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਮੈਂ ਬੇਨਤੀ ਕਰਦਾ ਸਾਡੇ ਮਾਨਯੋਗ ਮੰਤਰੀ ਸਾਹਿਬ ਸਰਦਾਰ ਸ਼ਰਨਜੀਤ ਸਿੰਘ ਜੀ ਢਿੱਲੋਂ ਆ ਕੇ ਹੈਲੋ ਵਿਚਾਰ ਰੱਖਣ। ਸਰਦਾਰ ਸ਼ਰਨਜੀਤ ਸਿੰਘ ਜੀ ਢਿੱਲੋਂ ਕੈਬਨਿਟ ਮੰਤਰੀ ਪੰਜਾਬ। ਰੋਹਿਸ਼ ਖੇੜਾ ਜੀ, ਦੋਨੇ ਟੀਮਾਂ ਦੇ ਨਾਲ ਇੰਟਰੋਡਕਸ਼ਨ ਕਰਨ ਤੋਂ ਬਾਅਦ ਵਾਪਸ ਜਾਂਦੇ ਹੋਏ ਬਹੁਤ ਬਹੁਤ ਧੰਨਵਾਦ ਹੈ ਜੀ। ਕਮੈਂਟਰ ਸਾਹਿਬ 5 ਮਿੰਟ ਹੋਰ। ਬਿਲਕੁਲ ਜੀ ਬਿਲਕੁਲ। ਬਹੁਤ ਹੀ ਸਤਿਕਾਰਯੋਗ ਸਾਡੇ ਜ਼ਿਲ੍ਹੇ ਦੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਸੰਤਾ ਸਿੰਘ ਜੀ ਅਮੈਦਪੁਰੀ ਸਾਹਿਬ ਪਿੰਡ ਕੋਟ ਕੰਗੂਰਾਈ ਦੀ ਸਮੂਹ ਗ੍ਰਾਮ ਪੰਚਾਇਤ ਸਰਪੰਚ ਸਾਹਿਬ ਅਤੇ ਮੈਂਬਰ ਸਾਹਿਬਾਨ, ਸਪੋਰਟਸ ਕਲੱਬ ਦੇ ਸਾਰੇ ਹੀ ਮੈਂਬਰ ਸਾਹਿਬਾਨ, ਇਲਾਕੇ ਦੇ ਵਿੱਚੋਂ ਆਏ ਹੋਏ ਪਤਵੰਤੇ ਸੱਜਣੋ ਨੌਜਵਾਨੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜੀ ਖੁਸ਼ੀ ਹੈ ਕਿ ਪਿੰਡ ਕੋਟ ਕੰਗੂਰਾਏ ਦੇ ਸਾਰੇ ਪਤਵੰਤੇ ਸੱਜਣ ਅਤੇ NRI ਭਰਾ ਬੜੇ ਲੰਬੇ ਸਮੇਂ ਤੋਂ ਆਪਣੇ ਨਗਰ ਦੀ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਖੇਡਾਂ ਨਾਲ ਜੋੜ ਕੇ ਸੇਵਾ ਕਰਦੇ ਆ ਰਹੇ ਨੇ। ਮੈਂ ਅੱਜ ਦੇ ਦਿਨ ਉੱਤੇ ਇਹਨਾਂ ਸਾਰੇ ਹੀ ਨਗਰ ਵਾਸੀਆਂ ਨੂੰ ਮੁਬਾਰਕਬਾਦ ਪੇਸ਼ ਕਰਦਾ। ਮੈਂ ਕੋਈ ਲੰਬਾ ਚੌੜਾ ਲੈਕਚਰ ਨਹੀਂ ਦੇਣਾ ਕਿਉਂਕਿ ਤੁਹਾਡਾ ਸਾਰਿਆਂ ਦਾ ਜੋ ਧਿਆਨ ਹੈ ਇਹ ਖੇਡਾਂ ਦੇ ਵੱਲ ਹੈ। ਇਹ ਖੇਡਾਂ ਵਾਸਤੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਖਾਸ ਕਰਕੇ ਕਬੱਡੀ ਵਾਸਤੇ ਬਹੁਤ ਵੱਡੀ ਉਹਨਾਂ ਨੇ ਦੇਣ ਦਿੱਤੀ ਪੰਜਾਬ ਨੂੰ, ਇੰਟਰਨੈਸ਼ਨਲ ਲੈਵਲ ਦੇ ਉੱਤੇ ਇਸ ਕਬੱਡੀ ਨੂੰ ਮਨਜ਼ੂਰ ਕਰਵਾਇਆ। ਇਸੇ ਕਰਕੇ ਅੱਜ ਕਬੱਡੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਪ੍ਰਚਲਿਤ ਹੁੰਦੀ ਜਾ ਰਹੀ ਹੈ। ਸੋ ਬਹੁਤਾ ਜ਼ਿਆਦਾ ਵਿਸਥਾਰ 'ਚ ਨਾ ਜਾਂਦਾ ਹੋਇਆ,
नगर वासियों वास्ते मैं पहला भी कोई पैसे देने की कमी बाकी नहीं छड़ी। जदों भी तुसी कदे मंगिया मैं तुहाडे हुक्म नूं हमेशा मन्निया। अज भी मैं 6 लाख रुपया अपने डिवेलपमेंट फंड दे विच्चों, 4 लाख रुपया नरेगा दे विच्चों, 10 लाख रुपया मैं देने का ऐलान करदा ताकि तकड़े होकर तुसी पिंड ते ला सको। बहुत बहुत मुबारकबाद। वाहिगुरू जी का खालसा, वाहिगुरू जी की फतेह। हैलो, सो बहुत बहुत धन्यवाद है सरदार शरणजीत सिंह जी ढिल्लों साहब का। जई साहब एको ही मिनट लैना है क्योंकि इधर ग्राउंड के सामने साढ़े इंटरनेशनल बॉडी बिल्डर रोहिश खेड़ा जी का जो विशेष सन्मान किया जाना है। लैवी वीर विशेष सन्मान किया जा रहा है अंतरराष्ट्रीय मेरे वीरियो बॉडी बिल्डर कबड्डी कोच रोहिश खेड़ा जी। एक बार ताड़ियां मार दे जोरदार, दुनिया जानती जिन्होंने। बहुत बहुत धन्यवाद है रोहिश खेड़ा जी का। तो टीम ध्यान देने बी सीचे वाले धनौरी एक नंबर आ जाए टीम। हैलो जलवाणा ते मामगढ़, मामगढ़ की टीम जेतू रही है। एंट्री बॉक्स से नोट कर लियो जी, मामगढ़ की टीम जो मैच खेले जा रहा है मामगढ़। हाँ जी बब्बू खन्ना जी, साड़ी बेनती है सारे क्लब वाले वीर के चरणों के हाथ बन के एको टाइम जेकर आप एको इवेंट करिए ना, एको इवेंट करिए तो वधिया गल है। स्टेज के उत्ते आपका चक्कर चली जाता, ग्राउंड च मैच नहीं शुरू, इधर सन्मान तो उधर टीम नहीं। प्लीज़ आप शड्यूल जहा बना के ना, चाहे जई साहब नू दा दो चाहे सानू दा दो, एको टाइम जो आप एको गल करिए बड़ी वधिया लगेगी। जड़े जड़े दर्शक चाहते आ भी आ मैच की कमेंट्री हो ताड़ी मार के दस देने जोरदार। इन्नी दुनिया प्यार करती है कबड्डी नू। लो पिंदा टेंगो रसूलपुरिया कहिंदे इस वेले कबड्डी पाउंदा होया मेरे वीरो। इसे कबड्डी उत्ते गुरी कुंदर ते लाली कुंदर वालों कहिंदे बड़े मान सन्मान जिहड़े दित्ते जाणगे, ते नाल साडे जगदीश सिंह जी प्रधान साहब मेरे वीरो उन्हां वल्लों भी कहिंदे बड़े मान जिहड़े होणगे। लो फैसला इस वेले बिट्टू लाटों वाले दा भी नंबर 22 दे हिस्से लई जुड़दा होया। उदो नंगल ते कुतबा बी, उदो नंगल दी टीम आ गई है। कुतबा बी दी टीम जेकर पुज गई है तां हथ खड़ा कर देवे। लै भी लेखू वीर इधर कहड़े मैच चल रहे है, तारी वीर पाशी वीर केड़ा मैच है। जनेतपुरा वर्सज नूरपुरा ये दोनों टीमों के दरम्यान जो मुकाबला चल रहा है। परले पासे कहिंदे जनेतपुरे की टीम है और उरले पासे नूरपुरे की टीम है। जनेतपुरे की धरती जिथों के अमरू वर्गे अमन वर्गे कहिंदे कबड्डी के प्रसिद्ध महान खिडारी ने मेरे वीरियो उस नगर के नौजवान और एक नंबर ग्राउंड में भी खन्ने वाला गल करता है भी बड़ा ही जरा तकड़ा मुकाबला चल रहा है इस वे दोनों टीमों का। बहुत तो टीम लाइन अप करा लो जी, टीम ए ग्राउंड लाइन अप करा लो जी। मंत्री साहब आ रहे ने अपने टीम का इंट्रोडक्शन कर ले। बुग्गीपुरा आ गई बई, बुग्गीपुरा दो नंबर का अगला मैच है जी। बुग्गीपुरा थांदेवाल उस तो बाद उद्धा नंगल से कुतबा बी, सीचेवाल से धनौरी एक नंबर कोट गंगूराज से मजाली कलां। शरणजीत सिंह जी ढिल्लों कैबिनेट मंत्री पंजाब सत्कारयोग शिक्षिता प्रधान जगदीश सिंह जी। टीमां दी इंट्रोडक्शन लई सरदार शरणजीत सिंह जी ढिल्लों कैबिनेट मंत्री पंजाब, जथेदार संता सिंह जी मैदपुरी, जथेदार बाबा जगरूप जी उन्हां नूं स्काउट करके ले जा रहे ने। एक सरपंच सरदार सवरण सिंह जी, मैंबर पंचायत सतमिंदर सिंह जी, सरपंच एक सरपंच पाल सिंह जी कटाणी, उन्हां दे नाल प्रधान जगजीत सिंह जी, एक सैकटरी कांता जी, गुरिंदर सिंह जी पहलवान प्रधान कटाणी स्पोर्ट्स क्लब दे, सुखदेव सिंह जी मांगट, सारिया का इत्थे पहुंचण ते असीं निघा स्वागत ते इन्हां नूं सारी श्रोमणी अकाली दल की लीडरशिप का पहुंचण ते निघा स्वागत ते इन्हां नूं जिया आखदे आं। हैलो हैलो, वो बिक्की ते सोनू उपलाइन टीम के मैंबर ने आके भाई मैच लाउण, फाइनल मैच उन्हां दा जल्दी आउण, विच टीमां खड़ियां ने
ਢਿੱਲੋਂ ਸਾਹਿਬ ਨੇ ਜਿਹੜੇ ਸਾਡੇ ਕੋਟ ਹੈਲੋ ਢਿੱਲੋਂ ਸਾਹਿਬ ਨੇ ਕੋਟ ਗੰਗੂ ਰਾਏ ਦੇ ਜਿਹੜੇ 10 ਲੱਖ ਰੁਪਏ ਦਿੱਤੇ ਨੇ, ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਨਿੱਘਾ ਸਵਾਗਤ ਕਰਦੇ ਹਾਂ ਔਰ ਅੱਗੇ ਤੋਂ ਵੀ ਵੱਧ ਚੜ੍ਹ ਕੇ ਸਾਨੂੰ ਗੱਫੇ ਦਿੰਦੇ ਰਹਿਣ, ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਧੰਨਵਾਦ ਹੈ ਮਿੰਟੂ ਫੌਜੀ ਜੀ ਆਪਣੇ ਲਿਫਾਜ਼ਾਂ ਦੇ ਵਿੱਚ ਮਾਣ ਕਰਦੇ ਹੋਏ। ਲਓ ਗੁਰੀ ਧਲੇਰ ਵਾਲਾ ਮੇਰੇ ਪੰਜਾਬੀ ਵੀਰੋ ਕਹਿੰਦੇ ਵੱਲੋਂ ਬਹੁਤ ਬਹੁਤ ਧੰਨਵਾਦ ਆ। 200 ਰੁਪਏ ਦੇ ਮਾਣ ਜਿਹੜੇ ਪੁੱਜੇ ਹੈ ਤਰਨ ਵਾਲੀ ਟੀਮ ਦੇ ਲਈ, ਜਿੱਤਣ ਵਾਲੀ ਟੀਮ ਦੇ ਲਈ 200 ਰੁਪਏ ਦੇ ਮਾਣ ਇਟਲੀ ਦੇ ਵਿੱਚ ਵੱਸਦੇ ਆ ਸਾਡੇ ਵੀਰ, ਬਹੁਤ ਬਹੁਤ ਧੰਨਵਾਦ ਹੈ। ਬਹੁਤ ਸ਼ਾਨਦਾਰ ਕਹਿੰਦੇ ਚੱਲਦਾ ਹੋਇਆ ਮੈਚ ਦੋਨੋਂ ਟੀਮਾਂ ਦੇ ਦਰਮਿਆਨ ਹੈ। ਇਸ ਤੋਂ ਨੈਕਸਟ ਮੈਚ ਦੀਆਂ ਦੋਨੋਂ ਟੀਮਾਂ ਵੀ ਬਿਲਕੁਲ ਤਿਆਰ ਵਰ ਜਿਹੜੀਆਂ ਤਿਆਰ ਖੜੀਆਂ ਹੈ। ਕਬੱਡੀ 365.com ਦੇ ਉੱਤੇ ਦੁਨੀਆ ਜੁੜੀ ਹੋਈ ਹੈ ਕਹਿੰਦੇ ਅੱਜ ਦੇ ਕਬੱਡੀ ਕੱਪ ਦੇ ਨਾਲ। ਬਹੁਤ ਵੱਡੀ ਮੁਬਾਰਕਬਾਦ ਹੈ ਕਹਿੰਦੇ ਸਾਡੇ ਜਗਦੀਸ਼ ਸਿੰਘ ਜੀ ਕੂਨਰ ਪ੍ਰਧਾਨ ਜੀਆਂ ਨੂੰ ਅਤੇ ਸੀਨੀਅਰ ਮੀਤ ਪ੍ਰਧਾਨ ਸੋਹਣ ਸਿੰਘ ਜੀ ਮਠਾੜੂ ਸਾਹਿਬ ਕਹਿੰਦੇ ਪੂਰੇ ਖੁਸ਼ ਹੈ। ਲਓ ਆਹ ਖਿਡਾਰੀ ਦਾ ਪਿੰਡ ਮੇਰੇ ਪੰਜਾਬੀ ਵੀਰੋ ਜ਼ਿਲ੍ਹੇ ਮੋਗੇ ਦੇ ਵਿੱਚ ਕਹਿੰਦੇ ਚੰਦ ਨਵਾਂ ਪਿੰਡ ਹੈ ਅਤੇ ਜੱਸੀ ਦੇ ਤੌਰ 'ਤੇ ਕਹਿੰਦੇ ਜਾਣਿਆ ਜਾਂਦਾ ਹੈ। ਇੱਕ ਜੱਸੀ ਚੰਦ ਪੁਰਾਣੇ ਵਾਲਾ ਤੇ ਤੁਹਾਡੇ ਸਾਹਮਣੇ ਆਪਾਂ ਵੇਖੀਏ। ਹੈਲੋ ਜੱਸੀ ਚੰਦ ਫੇਰ ਆ ਗਏ। ਹੈਲੋ ਛੋਟੇ ਬਾਹਰ ਨਿਕਲਿਓ, ਬਾਹਰ ਨਿਕਲਿਓ, ਆ ਫੇਰ ਆ ਗਏ ਸਟੇਜ ਮੂਹਰੇ। ਸੋਨੂੰ ਬੇਨਤੀ ਕਰਦੇ ਆਇਓ ਮੜ ਜਾ ਬਾਲੀਵਾਲ ਵਿੱਕੀ ਤੇ ਸੋਨੂੰ ਹਰਿਆਣੇ ਵਾਲੇ ਆ। ਗੱਲ ਸਹੀ ਆ, 7 ਟੀਮਾਂ ਹੀ ਹੋਣਗੀਆਂ ਅੱਜ ਇਕੱਲੀਆਂ, ਟੀਮਾਂ ਹੀ ਬੁਲਾਈ ਜਾਂਦੇ ਆ, ਕੋਈ ਚੱਕਰ ਨਹੀਂ। ਹਾਂਜੀ ਹਾਂਜੀ, ਰਾਏ ਖੇਤੀ ਸੇਵਾ ਸੈਂਟਰ ਅਸ਼ੋਕ ਕੁਮਾਰ ਜੀ USA ਉਹਨਾਂ ਵੱਲੋਂ ਇਸੇ ਕਬੱਡੀ ਉੱਤੇ 200 ਦੇ ਮਾਣ ਹੈ। ਮਿੰਟੂ ਫੌਜੀ ਜੀ ਇਹ ਟੈਂਗੋ ਦੇ ਲਈ 200 ਰੁਪਏ ਜਿਹੜਾ ਪੁੱਜਦਾ ਕਰ ਦਿਓ ਜੀ, ਬਹੁਤ ਬਹੁਤ ਧੰਨਵਾਦ ਹੈ। ਹਾਂਜੀ ਸਾਡੇ ਸਤਿਕਾਰਯੋਗ ਵੀਰਾਂ ਦਾ। ਥਾਂਦੇਵਾਲ ਤੇ ਬੁੱਗੀਪੁਰ ਇਹ ਦੋਨੇ ਟੀਮਾਂ ਪੁੱਜ ਗਈਆਂ ਤਾਂ ਹੱਥ ਖੜਾ ਕਰ ਦੇਣ। ਆ ਗਈਆਂ ਜੀ ਕੁਲਵੀਰਾ ਛਪਾਰ ਵਾਲਾ ਪ੍ਰਸਿੱਧ ਜਾਫੀ ਹੈ, ਬੜੇ ਦੁਨੀਆ ਦੇ ਸਟਾਰ ਕਹਿੰਦੇ ਹਰ ਸਾਲ ਪੁੱਜਦੇ ਆ ਸਕੋਟ ਗੰਗੂ ਰਾਏ ਦੀ ਧਰਤੀ ਤੇ। ਇਹ ਸਾਲ ਵੀ ਕਹਿੰਦੇ ਬੜੇ ਤਕੜੇ ਕਹਿੰਦੇ ਕਬੱਡੀ ਦੇ ਜਿਹੜੇ ਸਟਾਰ ਪੁੱਜੇ ਹੈ। ਸੀਚੇਵਾਲ ਤੇ ਧਨੌਰੀ 1 ਨੰਬਰ ਗਰਾਊਂਡ ਦਾ ਮੈਚ ਹੋਊਗਾ, ਕੋਟ ਗੰਗੂ ਰਾਏ ਤੇ ਮਜਾਲੀ ਕਲਾਂ ਇਹ ਅਗਲਾ ਮੈਚ ਹੋਊਗਾ ਮੇਰੀ ਵੀਰੇ 1 ਨੰਬਰ ਗਰਾਊਂਡ ਦਾ। ਲਓ ਇਸ ਵੇਲੇ ਕਹਿੰਦੇ ਕੋਟ ਗੰਗੂ ਰਾਏ ਦੀ ਧਰਤੀ ਦਾ ਖਚਾ ਖੁਚ ਭਰਿਆ ਹੋਇਆ ਮੈਦਾਨ। ਉਹ ਵਿੱਕੀ ਤੇ ਸੋਨੂੰ ਆ ਜਾਓ ਯਾਰ, ਮੈਚ ਲਾ ਲਓ ਵਾਲੀਬਾਲ ਦਾ, ਵਿੱਕੀ ਤੇ ਸੋਨੂੰ ਜਲਦੀ ਆ ਜਾਓ। ਸਾਬਕਾ ਕੈਸ਼ੀਅਰ ਸਰਦਾਰ ਹਰਦਿਆਲ ਸਿੰਘਾਂ ਵੱਲੋਂ ਜੋ ਕਿ ਮੌਜੂਦਾ ਸਰਪੰਚ ਜੀਆਂ ਦੇ ਬ੍ਰਦਰ ਨੇ, ਉਹਨਾਂ ਵੱਲੋਂ ਇਸੇ ਮੈਚ ਦੀ ਜੇਤੂ ਟੀਮ ਦੇ 200 ਦੇ ਮਾਣ ਸਨਮਾਨ ਜਿਹੜੇ ਦਿੱਤੇ ਜਾਣਗੇ। ਲਓ ਗੁਰੀ ਧਲੇਰ ਵਾਲਾ ਹੈ ਜਿਹੜਾ ਉਟਾਲਾ ਦੇ ਕਬੱਡੀ ਕੱਪ ਦਾ ਵੀ ਕਹਿੰਦੇ ਬੁਲਟ ਦਾ ਜੇਤੂ ਰਿਹਾ ਮੇਰੇ ਪੰਜਾਬੀ ਵੀਰੋ, ਤੇ ਮਲੇਸ਼ੀਆ ਦੇ ਬ੍ਰਿਕਫੀਲਡ ਦੇ ਸ਼ਹਿਰ ਦਾ ਵੀ ਇਹ ਨੌਜਵਾਨ ਜਿਹੜਾ ਕਹਿੰਦੇ ਬੈਸਟ ਤਾਂ ਵੀ ਰਿਹਾ। ਕਦੇ ਨਿਊਜ਼ੀਲੈਂਡ ਦੇ ਆਕਲੈਂਡ ਸ਼ਹਿਰ ਵਿੱਚ ਕਹਿੰਦੇ ਸਿਰੇ ਦੀਆਂ ਕਬੱਡੀਆਂ ਪਾਉਣ ਦਾ ਵੱਡਾ ਮਾਣ ਹੈ ਇਸੇ ਖਿਡਾਰੀ ਨੂੰ। ਉਧਰ ਸੋਨੂ ਕੂਨਰ ਇਸੇ ਨਗਰ ਦਾ ਮਾਣ ਹੈ ਮੇਰੇ ਪੰਜਾਬੀ ਵੀਰੋ, ਜੈਸੇ ਗੱਭਰੂ ਨੇ ਕਹਿੰਦੇ ਇਸੇ ਸਾਲ ਮੈਟਰੋ ਦੀ ਟੀਮ ਲਈ ਕਹਿੰਦੇ ਤਕੜੀਆਂ ਕਬੱਡੀਆਂ ਪਾਈਆਂ ਕੈਨੇਡਾ ਦੇ ਖੇਡ ਗਰਾਊਂਡਾਂ ਵਿੱਚ ਪੂਨੀਆਂ ਵਾਲੇ ਤੇਜ਼ੀ ਦੇ ਨਾਲ, ਮਤਲਬ ਕਿ ਕਹਿੰਦੇ ਸਿਰੇ ਦੀ ਖੇਡ ਕੋਟ ਗੰਗੂ ਰਾਏ ਵਾਲੇ ਸੋਨੂ ਨੇ ਇਸੇ ਸਾਲ ਜਿਹੜੀ ਉਹ ਕਹਿੰਦੇ ਕੈਨੇਡਾ ਦੇ ਵਿੱਚ ਦਿਖਾਈ ਹੈ। ਬਾਦਸ਼ਾਹ ਕੈਨੇਡਾ ਅਤੇ ਨਾਲ ਸੋਨੂ ਕੋਟ ਗੰਗੂ ਰਾਏ ਵਾਲਾ, ਜਿਸ ਨੌਜਵਾਨ ਨੇ ਰੌਣੀ ਦੇ ਕਬੱਡੀ ਕੱਪ ਤੋਂ 4 ਟਰੈਕਟਰ ਜਿੱਤ ਕੇ ਵੀ ਕਹਿੰਦੇ ਵੱਡਾ ਨਾਮ ਇਸੇ ਪਿੰਡ ਦਾ ਦੁਨੀਆ ਦੇ ਵਿੱਚ ਕੀਤਾ, ਉਸ ਸਾਡੇ ਦੋਨਾਂ ਭਰਾਵਾਂ ਦੇ ਵੱਲੋਂ ਅੱਜ ਮਾਣ ਦਿੱਤਾ ਜਾਣਾ। ਕਹਿੰਦੇ ਮਾਨਕੀ ਵਾਲੇ ਛੋਟੇ ਗੋਪੀ ਨੂੰ ਮੋਟਰਸਾਈਕਲ ਦੇ ਨਾਲ ਵੱਡਾ ਮਾਣ ਸਨਮਾਨ ਜਿਹੜਾ ਕੀਤਾ ਜਾਵੇਗਾ। ਪਰ ਆਹ ਇਹ ਕਹਿੰਦੇ ਟੈਂਗੋ ਰਸੂਲਪੁਰ ਆ, ਸਿੱਧੂਆਂ ਦਾ ਪਿੰਡ ਹੈ ਕਹਿੰਦੇ ਰਸੂਲਪੁਰ ਮੇਰੇ ਪੰਜਾਬੀ ਵੀਰੋ, ਜਗਰਾਓਂ ਦਾ ਏਰੀਆ ਜਿੱਥੋਂ ਦਾ ਕਾਲੂ ਕਹਿੰਦੇ ਪੱਕੇ ਤੌਰ 'ਤੇ ਯਾ ਵਸਿਆ ਕੈਨੇਡਾ ਦੀ ਧਰਤੀ 'ਤੇ। ਲਓ ਇਹ ਹੈ ਕਹਿੰਦੇ ਸਿੱਧੂ ਪਰਿਵਾਰ ਦਾ ਪਿੰਦਾ, ਕੋਈ ਟੈਂਗੋ ਕਹਿੰਦਾ ਅਤੇ ਕੋਈ ਪਿੰਦਾ ਕਹਿੰਦਾ ਇਸੇ ਖਿਡਾਰੀ ਨੂੰ, ਰਸੂਲਪੁਰੀਆ ਪਿੰਦਾ ਪੁਆਇੰਟ ਲੈ ਕੇ ਵਾਪਸ ਆਉਂਦਾ ਹੋਇਆ। ਆਹ ਨੌਜਵਾਨ ਦਾ ਜ਼ਿਲ੍ਹੇ ਮੋਗੇ ਦਾ ਕਹਿੰਦੇ ਗਗੜਾ ਪਿੰਡ ਹੈ ਮੇਰੇ ਪੰਜਾਬੀ ਵੀਰੋ, ਜਿੱਥੋਂ ਦੇ ਕਹਿੰਦੇ ਜੱਸ ਦੀ ਮੇਰੇ ਵੀਰੋ ਗੱਲ ਚੱਲੀ ਖੇਡ ਗਰਾਊਂਡਾਂ ਦੇ ਵਿੱਚ ਕਿ ਗਜ ਚੌੜੀ ਛਾਤੀ ਕਹਿੰਦੇ ਜੱਸ ਗਗੜੇ ਦੀ ਅਤੇ ਪੱਟ ਮੋਟੇ ਨੇ ਘਨੌਰੀਏ ਗਰਲਾਲ ਦੇ ਲੋਕੋ। ਲਓ ਦੂਜੇ ਪਾਸੇ ਕਹਿੰਦੇ ਮਨਜਿੰਦਰ ਸਿੰਘ ਮੋਟਾ ਕੌਂਕਿਆਂ ਵਾਲਾ, ਪਰ ਗੋਲੂ ਗਗੜੇ ਦੀ ਧਰਤੀ ਦਾ, ਇਸ ਲਈ ਪੁਆਇੰਟ ਲੈ ਕੇ ਅੰਕ ਦਾ ਵਾਧਾ ਆਪਣੀ ਟੀਮ ਦੇ ਸਿਖਰ ਦਾ ਹੋਇਆ। ਆਉਣ ਵਾਲੀ 18 ਤਰੀਕ ਕਹਿੰਦੇ ਛਪਾਰ ਦੇ ਕਬੱਡੀ ਕੱਪ ਦੀ ਹੋਣੀ ਹੈ, 18 ਤਰੀਕ ਨੂੰ ਖੁੱਲ੍ਹੇ ਸੱਦੇ ਨੇ ਛਪਾਰ ਦੇ ਕਬੱਡੀ ਕੱਪ ਦੇ, ਜਿੱਥੇ ਰੋਮੀ ਸਰਪੰਚ ਜੀ ਆਪ ਸਭ ਨੂੰ ਖੁੱਲ੍ਹਾ ਸੱਦਾ ਦੇ ਰਹੇ ਨੇ ਮੇਰੇ ਪੰਜਾਬੀ ਵੀਰੋ, ਅਤੇ 69 ਜੋੜ ਛਪਾਰ ਵਾਲੇ ਦਾ ਕਹਿੰਦੇ ਮੋਟਰਸਾਈਕਲ ਨਾਲ ਮਾਣ ਕੀਤਾ ਜਾਊਗਾ। 18 ਤਰੀਕ ਹੋਵੇਗੀ ਕਹਿੰਦੇ ਛਪਾਰ ਦੇ ਕੱਪ ਦੀ। ਲਓ ਗੁਰੀ ਧਲੇਰ ਵਾਲਾ, ਗੁਰੀ ਧਲੇਰ ਵਾਲਾ ਕਹਿੰਦੇ ਇਸ ਵੇਲੇ ਪੁਆਇੰਟ ਲੈ ਕੇ ਵਾਪਸ ਆਉਂਦਾ ਹੋਇਆ। ਹੈਲੋ ਬੱਬੂ ਵੀਰ, ਆ ਬੀ ਦਾ ਰਿਜ਼ਲਟ ਦੱਸਿਓ। ਨੂਰਪੁਰਾ ਲੈ ਵੀ ਲਾਲੀ ਵੀਰ, ਨੂਰਪੁਰੇ ਦੀ ਟੀਮ ਜਿਹੜੀ ਜੇਤੂ ਰਹੀ ਹੈ 2 ਨੰਬਰ ਗਰਾਊਂਡ ਦੇ ਵਿੱਚ, ਥਾਂਦੇਵਾਲ ਵਰਸਜ ਬੁੱਗੀਪੁਰ, ਉਸ ਤੋਂ ਬਾਅਦ ਉਦੋਂ ਨੰਗਲ ਤੇ ਕੁਤਬਾ, ਇਹ 2 ਨੰਬਰ ਗਰਾਊਂਡ ਦੇ ਜਿਹੜੇ ਮੁਕਾਬਲੇ ਹੈ ਅੱਜ ਕਹਿੰਦੇ ਧੰਨ ਧੰਨ ਹੋਈ ਪਈ ਹੈ ਕੋਟ ਗੰਗੂ ਰਾਏ ਦੀ ਧਰਤੀ ਤੇ ਮੇਰੀ ਵੀਰੇ।
फाइनल मैच लगन लगा जी वालीबाल शूटिंग का चक कलां ते उपलां के बाबा नाग भाग जी की कृपा दे सदके होई आ तरक्की दिनों दिन वध के कोट दी आ सुनी चढ़ाई गल सची जोधियां दे पेड़ अगस्त है कत्ती अठवें महीने की तरीक है अखीर दी हुंदी है ग्राउंडा विच परख शरीर दी इथा पता लगेदा बुत सांचे विच ढाले दा थोड़े चरणा की धूड़ दस सुखी ककराले दा थोड़े चरणा की धूड़ दस सुखी ककराले दा सुखी ककराले वाला कहिंदे सिरे दीआं लाइनां जिहड़ा लिख के लियाया मेरे वीरियो लाओ सामने मेवियो पिंदा रसूलपुरी आ कोई टेंगो कहिंदा लाओ दूजे पासे आपां वेखदे बिलकुल हंदियां दे लागे शानदार तरीके दे नाल जफा लग गया लाओ ये पॉइंट जिहड़ा आपां देखदे इस वेले इंदगढ़ की टीम के हिस्से जुड़ता होया दो नंबर ग्राउंड दे विच मेरी बेनती है थांदे वाल ते बुग्गीपुर उतो नंगल ते कुतबा और एक नंबर ग्राउंड दे विच कोट गंगू राय ते मजाली कलां और नाल ही सीचे वाल ते धनौरी लाओ अंबू कल कलां हलो लाओ अंबू कलां वाला कहिंदे सरदार करम सिंह दा पुत्र मेरे पंजाबी वीरो हुण किहो जी कमाल करू गोलू गगड़े वाल दी पाई रेड दे उपर ते फैसला कहिंदे साडे गेजे कोट गंगू राय वाले दा भी नंबर धावी दे हिस्से जा जुड़िया आ नौजवान ने कहिंदे जिद्दां पिरते ने दस्सिया भी 16 मोटरसाइकिल जिते ने मेरे पंजाबी वीरो यह आ कहिंदे मनजीत सिंह बोपा राय का पुत्र धलेर पिंड कहिंदे जिहड़े पिंड का मेरे वीरो इंद्रजीत साडा यार है लो इस वेले गुरी धलेर वाला पॉइंट लेके वापस आउंदा होया कोट गंगू राय दे विच बहुत चोटी दे कहिंदे मुकाबले जिहड़े खेडे जा रहे ने चंद नवें दी धरती दा जस्सी कहिंदे अगली कबड्डी पाउण दी पूरा तैयार है इधर साडा जगदीश कूनर ते नाल सहायक खजानची मनप्रीत साडा यार पूरा खुश है जगे बाई होनी सारिया का उचेचे तौर पर धन्यवाद लाओ आए कहिंदे नौजवान गभरू सोना घल्लां वाला घल कलां की धरती है आजाद कबड्डी क्लब एडमिंटन घल कलां का नाम है कहिंदे दुनिया भर के मेरे वीरो सोना घल्लां वाला इस वेले लास्ट सिरे का जफा तो अंक का वाधा अपनी टीम के हिस्से करता हो भी कांते बाई किन्ने किन्ने नंबर ने इसे मैच के आप संगत को नंबर जरूर दसने है भी किन्ने किन्ने पॉइंट रहे है 13 पॉइंट रहे ने इसे मैच विचों जी इंदगढ़ की टीम दे ते 15.5 पॉइंट जिहड़े रहे ने आजाद क्लब घल कलां दी टीम दे हेलो हेलो घल कलां दी टीम जिहड़ी जेतू टीम रही है जी हेलो हेलो नोट कर लियो घल्लां दी टीम जेतू है घल्लां दे खिडारी अपना माण जिहड़ा मेरे कोलों जरूर लै जाण जी कोट गंगू राय दी टीम आ गई तां हथ खड़ा कर देवे कोट गंगू राय वर्सज मजाली कलां इह मुकाबला जिहड़ा खेडिया जाणा है उधर राजा धनौरी वाला भी अपनी टीम लागे पुज गया है सीचे वाल दी टीम नाल मैच खेडा जाना मेरी वीरियो उदो वाल उदो नगल ते कुतबा ये दो नंबर ग्राउंड का अगला मैच होगा नाल दी नाल सारियां टीमां जिहड़ियां ध्यान देण ये जिहड़ियां ग्राउंड दे विच पुजदियां जाणगियां सारियां टीमां ध्यान देणगियां सो बहुत बहुत धन्नवाद इस वेले इस गोल जे दारे दे नाल जिन्ने भी रब वर्गे दर्शक जुड़े है कल नूं सिद्धसर साहब दी धरती ते इसे तरह एक मिनट जी एक मिनट अनाउंसर साहब साडे दरम्यान पहुंचे ने सत्कारयोग जसमिंदर सिंह जी एस पी 4 लुधियाना PPS सरदार गुरमीत सिंह जी किंगरा DSP साहब सानेवाल सरजीत सिंह जी नागरा कूम कलां SHO साहब ए SP साहब साढ़े को आके पहला अपना सन्मान चिन्ह प्राप्त कर जो कि साडे परम सत्कारयोग ने इन्हां नूं भी असीं पहुंचण ते जी आए आखदे हां जसमिंदर सिंह जी SP 4 लुधियाना PPS बहुत ही शानदार मैच इस वेले होगा दोनों टीमों के दरम्यान स्वर्गवासी अमरीक सिंह जी ते जतेंद्र सिंह जी जज जिन्हां दे परिवार वालों कहिंदे बहुत बड़े सहयोग है सरमान चिन्ह दे रहे ने सरपंच गुरबख्श सिंह काला नंबरदार लखा सिंह मैंबर पंचायत सतमिंदर सिंह हरजीत सिंह मांगट एक्स सरपंच भाई सवरण सिंह जिन्ने भी नंबर लूगा हर एक नंबर का 100 रुपया गुरचरण सिंह जी वालों रणदीप जिन्ने भी नंबर लऊगा हर एक नंबर का 100 रुपया गुरचरण सिंह जी वालों लसाड़ा गिल दी टीम भी पुज गई है गुरमीत सिंह जी किंगरा DSP साहब ये भी अपना सम्मान चिन्ह प्राप्त कर झनेर की टीम भी आ रही झनेर भाई झनेर की टीम सीचेवाल की टीम भी पहुंच जाए गिजा कोट वाला कर कर सरदार गुरमीत सिंह जी किंगरा DSP साहब सानेवाल ये भी अपना कीमती वक्त कट के साडे दरम्यान पहुंचे ने
इन्हां नूं सन्मान चिन्ह दे रहे ने मास्टर मेवा सिंह जी, जथेदार हरदयाल सिंह जी एक्स खजांची, एस एच ओ साहब सरजीत सिंह जी नागरा कौम कला जेई साहब, जेई साहब जी स्टेट सैकटरी साहब जी ध्यान दिओ सैकटरी साहब, एक सैकंड जी, एक सैकंड नहीं मैं भी एक सैकंड ही लेना जी। एस एच ओ साहब नूं सन्मान चिन्ह दे रहे ने गुरबख सिंह जी काला सरपंच, एक्स सरपंच सवरन सिंह जी, भाखां टेलर मास्टर, मैंबर पंचायत सतमिंदर सिंह, जथेदार हरदयाल सिंह, हरजीत सिंह मांगट, अमरजीत सिंह खूही पासा, बई आ जड़ी एक सैकंड आ जड़ी टीम जीतू सी जीती सी कहड़ा पिंड जी कल कलां, इन्हां नूं रामपुर वाले वीर दा किसे दा 500 रुपया सी मैं फड़ा रहा। हाँ जी कमेंटर साहबान दसो जी की कहने हो वीरो। मैं तो कुछ नहीं कहना जी, मैं तो दो शब्द ने ना जड़े वो साढ़े गुरमीत सिंह जी किंगरा डी एस पी साहब जी बोलने से उन्हों का सन्मान हो गया है, क्योंकि ये वो शख्सियत है मेरे पंजाबी वीरो, नहर दे विच कहिंदे तीन जाना बचाने वाली जी शख्सियत है ना वो साढ़े डी एस पी गुरमीत सिंह जी किंगरा साहब है। अपनी जान की परवाह ना करते हुए जिन्होंने पग ला के नहर के छाल मारी तो कहते तीन जाना जड़िया बचाई ने वो डी एस पी साहब साढ़े दरम्यान जोड़े पुजे हुए है। एक बार इन्हों के नाँ पर आप जोरदार ताड़ी मार दीए, पंजाब पुलिस के उच्च अहदे उत्ते विराजमान ने साढ़े किंगरा साहब इन्हों फतेह बुलाने हैं। बस सैकटरी जी मैं तो इन्नी क गल कहनी सी जी, माइक थोटे हवाले है जी अगे कोट गंगू रहे दी टीम जी मैच खेड रही है और मजाली कला धनौरी की टीम पुजी है, सीचेवाल की टीम आ गई बई, सीचेवाल की टीम भी जी पुज गई है। एक नंबर ग्राउंड का जोड़ा अगला ये मैच खेडिया जाना है, ये भी टीम नोट कर उदो नंगल तो कुतबा दो नंबर ग्राउंड के अगले मैच दीम हो नोट कर लन टीम लाल सामने वेखते आप इस वे नौजवान कहते नोने की कबड्डी है। सिंधा शिंदा फौजी जिन्हें भी जफे लाऊगा स्वर्गवासी अमरीक सिंह जी की याद उन्ने कहते सौ सौ दे मान दिते जाने हैं। शिंदा कहते फौज के भर्ती हो गया दो नंबर से खड़ा कहते काली निकर दे विच समय समय से कहते कोट गंगू राय पिंड के स्टार हो कबड्डी के मेरी वीरियो ला समय समय की गल है। पर दूजे पास भी कहते गोगा मल मजरे वाला ये भी कहते वक्री जी खेड का मताज है नौजवान बहुत ही शानदार अंक अपनी टीम के हिस्से जुड़ता हुआ ये पॉइंट इस वे आप वेखते हैं मैदान धावी ने अपनी टीम के हिस्से जुड़े। अगली कबड्डी फिर वेखते हैं मैदान शेरा नाम है इस नौजवान का, एक शेरा राऊ वाली है एक शेरा कहते पलपोते वाला दुआबे का कहते स्टार है, पर इस वे सामने शेरे के लिए ताड़िया मारते जोरदार नवी उम्र है इस नौजवान की बहुत ही शानदार अंक जोड़ी जा रहे हैं अपनी टीम के हिस्से दे। आ भी नौजवान मेरे पंजाबी वीरो कहते मल माजरे पिंड का तो गोगे के तौर पर जाने जाता है कबड्डी कोच दर्शन सिंह जी मानकी जाते तैयार किए कहते खिडारी मजालिया की टीम बिल्कुल नवी जी टीम खेड रही है। लो एक पासे कहते कोट गंगू राय की टीम है तो फैसला साढ़े इस वे दलजीत सिंह का आता हुआ भी नंबर जाफिया के हिस्से जा जुड़े है। शिंदे फौजी के लिए साढ़े मनवीर बाई दे वालों एक सौ के जोड़े बड़े मान सम्मान पुजे ने नार सिंह जी लोपो कबड्डी कोच उन्हों का भी इतने पुजन के उत्ते बहुत बहुत धन्यवाद है। तो बादशाह कनेडा तो सोनू कुंदर कोट गंगू राय वाला वो भी साढ़ा यार कनेडा बैठा कहने जुड़िया हुआ ये कप के नाल लो मैदान आप निगाह मारीे इस वे पॉइंट पमिया पॉइंट किधर है पॉइंट जाफिया के हिस्से है पॉइंट कहते जाफिया के हिस्से जा जुड़े है। रैफरी का फैसला या टल होगा कि पॉइंट कि वल होगा कोई भी खिलाड़ी रैफरी के नाल किंतु परंतु ना करे ये साड़ी हथ बन के बेनती है। बहुत ही शानदार मैच इस वे दोनों टीमों के दरम्यान है। मिंटू फौजी जी बहुत सारा माण करते हैं, अशोक कुमार यूएसए में वसते हैं वह भी बहुत बड़ा माण करते हैं, उन्होंने भी धन्यवाद है। लो वरिंदर नाम है इस नौजवान का, लो ग्राउंड इस वे वरिंदर की पैंती हुई कबड्डी उत्ते लो सामने वेखते हैं शिंदा या फिर नौजवान होर कोई, पर डबल टच का इशारा ये पॉइंट इस वे रेडर के हिस्से है।
ਬਈ ਛਿੰਦਾ ਫੌਜੀ ਮੇਰਾ ਆਰਮੀ ਦੇ ਵਿੱਚ ਭਰਤੀ ਕਰਾਇਆ ਹੋਇਆ ਛਿੰਦਾ ਫੌਜੀ ਪੰਜਾਬ ਰੈਜੀਮੈਂਟ ਦੇ ਵਿੱਚ ਜੌਬ ਕਰ ਰਿਹਾ ਜਿੰਨੇ ਵੀ ਜੱਫੇ ਲਾਊਗਾ ਛਿੰਦਾ ਫੌਜੀ ਉਹਨੂੰ ਮਿੰਟੂ ਫੌਜੀ ਦੀ ਤਰਫੋਂ 100-100 ਰੁਪਏ ਦੇ ਮਾਣ ਹੋਣਗੇ ਆ ਜਾਫੀ ਲਈ ਸੇਵਾ ਸੈਂਟਰ ਦੀ ਤਰਫੋਂ ਵੀ 100-100 ਦੇ ਮਾਣ ਹੋਣਗੇ ਆ ਜਾਫੀ ਦਾ ਮਜਾਲੀਆਂ ਪਿੰਡ ਤੇ ਕਹਿੰਦੇ ਨੌਜਵਾਨ ਜੇ ਸਾਂਭਿਆ ਜਾਵੇ ਨੇ ਇੱਕ ਵਧੀਆ ਖਿਡਾਰੀ ਬਣੋ ਇੱਕ ਜ਼ੋਰਦਾਰ ਤਾੜੀ ਮਾਰ ਦਿਓ ਸੇ ਗੱਭਰੂ ਦੇ ਲਈ ਮੇਰੇ ਵੀਰੋ ਇਹ ਹੈ ਕਹਿੰਦੇ ਅੰਮ੍ਰਿਤ ਨੌਜਵਾਨ ਮਜਾਲੀਆਂ ਦੀ ਧਰਤੀ ਦਾ ਬਾਪੂ ਕਹਿੰਦੇ ਆਰਮੀ ਦੇ ਵਿੱਚ ਮੁੰਡੇ ਦਾ ਲਓ ਅੰਮ੍ਰਿਤ ਮਜਾਲੀਆਂ ਵਾਲਾ ਕਹਿੰਦੇ ਇਸ ਵੇਲੇ ਲਾਉਂਦਾ ਹੋਇਆ ਜੱਫਾ ਗੋਗੇ ਦੀ ਅਗਲੀ ਕਬੱਡੀ ਫਿਰ ਪੈਂਦੀ ਹੋਈ ਉਧਰ ਛਿੰਦਾ ਫੌਜੀ ਜਿੰਨੇ ਜੱਫੇ ਲਾਓ ਵੱਡੇ ਮਾਨ ਸਨਮਾਨ ਕਹਿੰਦੇ ਜਿਹੜੇ ਕੀਤੇ ਜਾਣਗੇ ਮੇਰੇ ਪੰਜਾਬੀ ਵੀਰੋ ਹੈਲੋ ਇੱਕ ਪਾਸੇ ਸੁਖੀ ਵਰਗੇ ਨੌਜਵਾਨ ਹੈ ਹਾਂਜੀ ਬਾਈ ਹਾਂਜੀ ਸ਼ਨੀ ਇਟਲੀ ਵੱਲੋਂ 100 ਰੁਪਏ ਦੇ ਮਾਣ ਆ ਜੇਕਰ ਛਿੰਦਾ ਜੱਫਾ ਲਾਊਗਾ ਸ਼ਨੀ ਇਟਲੀ ਵੱਲੋਂ ਵੀ 100 ਰੁਪਏ ਦੇ ਮਾਣ ਦਿੱਤੇ ਜਾਣੇ ਹੈ ਲਓ ਸਾਹਮਣੇ ਗੋਗਾ ਇਸ ਵੇਲੇ ਅੰਕ ਆਪਣੀ ਟੀਮ ਦੇ ਹਿੱਸੇ ਜੁੜਦਾ ਹੋਇਆ ਸ਼ਨੀ ਇਟਲੀ ਜਿਨ੍ਹਾਂ ਨੇ ਪੰਜਾਬੀ ਬੋਲਾਂ ਤੋਂ ਖੁਸ਼ ਹੋ ਕੇ ਵੀ ਵੱਡੇ ਮਾਣ ਕੀਤੇ ਹੈ ਲਓ ਸਿੱਖ ਸਰਦਾਰ ਇਸ ਵੇਲੇ ਕੋਟ ਗੰਗੂ ਰਾਏ ਵਾਲਾ ਸਾਹਮਣੇ ਔਰ ਦੂਸਰੇ ਪਾਸੇ ਵੇਖੋ ਨਹੀਂ ਉੜੀਸਾ ਨੌਜਵਾਨ ਦੀਆਂ ਲਓ ਵੇਖੋ ਸਾਹਮਣੇ ਆ ਗੋਪੀ ਸਰਪੰਚ ਵੱਲੋਂ ਚੇਲੇ ਨੂੰ 100 ਰੁਪਇਆ ਇਨਾਮ ਦਿੱਤਾ ਜਾਂਦਾ ਹੈਪੀ ਪ੍ਰਤਾਪਗੜ੍ਹ ਦੇ ਕੁੱਕੀ ਸਰਪੰਚ ਵੱਲੋਂ ਹੈਪੀ ਪ੍ਰਤਾਪਗੜ੍ਹ ਦੇ ਹਰੇਕ ਜੱਫੇ ਤੇ 100-100 ਰੁਪਏ ਦੇ ਮਾਣ ਦਿੱਤੇ ਜਾਣੇ ਆ ਬਹੁਤ ਬਹੁਤ ਧੰਨਵਾਦ ਹੈ ਲਓ ਇਸ ਵੇਲੇ ਮੈਦਾਨ ਦੇ ਵਿੱਚ ਆਪਾਂ ਫਿਰ ਵੇਖਦੇ ਹਾਂ ਇਸ ਗੱਭਰੂ ਦੀ ਪੈਂਦੀ ਹੋਈ ਕਬੱਡੀ ਉੱਤੇ ਹੁਣ ਕਾਣ ਕੋਟ ਗੰਗੂਰਾ ਵਾਲਾ ਕਹਿੰਦੇ ਵੱਧ ਕੇ ਡੱਕਣ ਦੀ ਗੱਲ ਕਰਦਾ ਹਾਂਜੀ ਦੋ ਨੰਬਰ ਵਿੱਚ ਕਿਹੜੀ ਟੀਮ ਜੇਤੂ ਰਹੀ ਹੈ ਜੀ ਠਾਂਦੇ ਵਾਲ ਤੇ ਬੁੱਗੀ ਬਰੇ ਵਿੱਚੋਂ ਠਾਂਦੇ ਵਾਲ ਤੇ ਬੁੱਗੀ ਬਰੇ ਵਿੱਚੋਂ ਕਿਹੜੀ ਟੀਮ ਜੇਤੂ ਹੈ ਠਾਂਦੇ ਵਾਲ ਲੈ ਵੀ ਲਾਲੀ ਵੀਰ ਠਾਂਦੇ ਵਾਲ ਦੀ ਟੀਮ ਜਿਹੜੀ ਜੇਤੂ ਰਹੀ ਹੈ ਨੋਟ ਕੀਤਾ ਜਾਵੇ ਅਗਲਾ ਮੈਚ ਉਤੋਂ ਨੰਗਲ ਤੇ ਕੁਤਬਾ ਵੀ ਉਤੋਂ ਨੰਗਲ ਤੇ ਕੁਤਬਾ ਵੀ ਇਹ ਦੋਨੇ ਟੀਮਾਂ ਪੁੱਜਣ ਨਾਲ ਹੀ ਸਿੱਧਮਾ ਦੋਨਾ ਤੇ ਦੇਬਾ ਕਲੱਬ ਕਿਸ਼ਨਪੁਰਾ ਇਹ ਵੀ ਟੀਮਾਂ ਦੋ ਨੰਬਰ ਗਰਾਊਂਡ ਵਿੱਚ ਪਹੁੰਚ ਜਾਣ ਸਿੱਧਮਾ ਦੋਨਾ ਵਰਸ ਦੇਬੀ ਕਲੱਬ ਕਿਸ਼ਨਪੁਰਾ ਲਸਾੜਾ ਗਿੱਲ ਤੇ ਝਨੇਰ ਇੱਕ ਨੰਬਰ ਜੱਸੀ ਕਲੱਬ ਚੌਂਦਾ ਇਹ 11ਵਾਂ ਮੈਚ ਲੈ ਵੀ ਲਾਲੀ ਵੀਰ ਜੇਤੂ ਲਿਖਿਆ ਲਿਸਟ ਉੱਤੇ ਕਿਹੜੀ ਟੀਮ ਹੈ ਮੈਨੂੰ ਪਤਾ ਨਹੀਂ ਇਹ ਦੱਸ ਦਿਓ ਕਿਹੜੀ ਟੀਮ ਹੈ ਪਲਹੇੜੀ ਤੇ ਚੌਂਦਾ ਹਾਂਜੀ ਪਲਹੇੜੀ ਤੇ ਚੌਂਦਾ ਠੀਕ ਹੈ ਪਲਹੇੜੀ 100 ਰੁਪਇਆ ਸਨੀ ਇਟਲੀ ਜੀ ਵੱਲੋਂ ਜਿਹਨੇ ਜੱਫਾ ਲਾਇਆ ਉਹਦੇ ਲਈ 100 ਰੁਪਏ ਦੇ ਮਾਣ ਹੈ ਬਹੁਤ ਬਹੁਤ ਧੰਨਵਾਦ ਹੈ ਲਓ ਸਾਹਮਣੇ ਵੇਖਦੇ ਹਾਂ ਫਿਰ ਪੈਂਦੀ ਹੋਈ ਕਬੱਡੀ ਉੱਤੇ ਲੈ ਵੀ ਖੰਨੇ ਵਾਲਿਆ ਕਰ ਗੱਲ ਬਹੁਤ ਸ਼ਾਨਦਾਰ ਕਹਿੰਦੇ ਮੈਚ ਇਸ ਵੇਲੇ ਦੋਨੋਂ ਟੀਮਾਂ ਦੇ ਦਰਮਿਆਨ ਚੱਲਦਾ ਹੋਇਆ ਹੈ ਬਹੁਤ ਜ਼ਿਆਦਾ ਮਾਈਕ ਜਿਹੜੇ ਚੱਲ ਰਹੇ ਨੇ ਮੇਰੀ ਬੇਨਤੀ ਹੈ ਜਦੋਂ ਗੱਲ ਕਹਿ ਕੇ ਨਾ ਜੀ ਮਾਈਕ ਬੰਦ ਕਰ ਦਿਆ ਕਰੋ ਨਹੀਂ ਸਾਰੀਆਂ ਗੱਲਾਂ ਇੱਥੇ ਸੁਣੀ ਜਾਂਦੀਆਂ ਲਓ ਨੌਜਵਾਨ ਧਾਵੀ ਇਸ ਵੇਲੇ ਕਹਿੰਦੇ ਕਬੱਡੀ ਪਾਉਂਦਾ ਹੋਇਆ ਮੇਰੇ ਪੰਜਾਬੀ ਵੀਰੋ ਕੋਟ ਗੰਗੂ ਰਾਏ ਪਿੰਡ ਹੈ ਕਦੇ ਸਾਭੀ ਦੀ ਕਹਿੰਦੇ ਗੱਲ ਗੀਤਾਂ ਦੇ ਵਿੱਚ ਚੱਲ ਰਹੀ ਹੈ ਲਓ ਗੱਭਰੂ ਇਸ ਵੇਲੇ ਮੇਰੇ ਪੰਜਾਬੀ ਵੀਰੋ ਉਹ ਬਾਵੇ ਗੱਭਰੂ ਆ ਕਹਿੰਦੇ ਕਮਾਲ ਹੀ ਕਰ ਦਿੱਤਾ ਹੈ ਇੱਧਰ ਸਾਡੇ ਬਿੱਲੂ ਬਾਈ ਜੀ ਜਿਨ੍ਹਾਂ ਨੇ ਆਪ ਵੀ ਤਕੜੀ ਕਬੱਡੀ ਖੇਡੀ ਅਤੇ ਦੇਣਗੇ ਮਾਣ ਕਹਿੰਦੇ ਸੇ ਪਾਈ ਹੋਈ ਕਬੱਡੀ ਦਾ ਲਓ ਜਿੱਤੇ ਜੱਫਾ ਲੱਗ ਗਿਆ ਜਾਫੀ ਦਾ ਨਹੀਂ ਫਿਰ ਕਹਿੰਦੇ ਇੱਕ 100 ਰੁਪਇਆ 200 ਹੈ ਸਾਡੇ ਬਿੱਲੂ ਬਾਈ ਜੀ 200 ਦੇ ਮਾਣ ਜਿਹੜੇ ਇਸ ਜੱਫੇ ਲਈ ਪੁੱਜਦੇ ਕਰਦੇ ਹੈ ਲਵੀ ਦਮਨ ਕੁੰਦਰ ਇਹ ਮਾਇਆ ਜਿਹੜੀ ਆਪ ਹੀ ਪੁੱਜਦੀ ਕਰਦੀ ਆਪਾਂ ਪਲੇਅਰਾਂ ਤੱਕ ਧਨੌਰੀ ਤੇ ਸੀਚੇਵਾਲ ਅਗਲਾ ਮੈਚ ਹੋਊਗਾ 1 ਨੰਬਰ ਗਰਾਊਂਡ ਬਲੈਤੀ ਬਲੈਤੀ ਬਾਈ ਜੀ ਉਹਨਾਂ ਵੱਲੋਂ ਵੀ ਇੱਕ 100 ਹੈ ਜੀ ਬਾਈ ਬਲੈਤੀਆਂ ਵੱਲੋਂ ਬਿੱਲੂ ਫੌਜੀ ਜੀ ਬਿੱਲੂ ਪੰਚ ਜੀ ਨੂੰ ਫਤਿਹ ਬੁਲਾਉਂਦੇ ਹੈ ਔਰ ਨਾਲ ਜਿਹੜੀਆਂ ਸ਼ਖਸੀਅਤਾਂ ਪੁੱਜੀਆਂ ਹੈ ਰਾਏ ਹਰ ਸਾਲ ਨੋਟਾਂ ਦੀ ਵਰਖਾ ਕਰਦੇ ਹੈ ਸਾਡਾ ਵੀ ਮਾਣ ਕਰਦੇ ਹੈ ਰਾਏ ਖੇਤੀ ਸੇਵਾ ਸੈਂਟਰ ਬਾਈ ਜੀ ਅਸ਼ੋਕ ਕੁਮਾਰ ਜੀ ਕੁਲਵਿੰਦਰ ਸਿੰਘ ਜੀ ਕਹਿੰਦਾ ਹਾਂਜੀ ਬਾਈ ਜੀ ਬੀ ਗਰਾਊਂਡ ਦਾ ਵੀ ਦੇਖੀ ਚੱਲ ਜਗਜੀਤ ਵੰਤ ਤੇ ਨਾਲ ਅਮਰਜੀਤ ਸਿੰਘ ਜੀ ਇਹਨਾਂ ਸਾਰੀਆਂ ਸ਼ਖਸੀਅਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਕੜਿਆਣੇ ਵਾਲਿਆ ਥੋੜਾ ਤਾਲਮੇਲ ਬਣਾ ਲਈ ਆਪਾਂ ਜ਼ਰੂਰ ਜੀ ਜ਼ਰੂਰ ਰਾਏ ਖੇਤੀ ਸੇਵਾ ਸੈਂਟਰ ਤੇ ਅਸ਼ੋਕ ਕੁਮਾਰ ਜੀ ਖੇਤੀ ਵਾਲੇ USA ਵਾਲੇ ਉਹਨਾਂ ਵੱਲੋਂ 200 ਹੈ ਜੀ ਕੋਟ ਗੰਗੂ ਰਾਏ ਵਾਲੇ ਜਿਹੜੇ ਜਾਫੀ ਨੇ ਜੱਫਾ ਲਾਇਆ ਹੈ ਕੋਟ ਵਾਲਾ ਮੈਚ ਹੀ ਮੁੱਕ ਗਿਆ ਜੀ ਹਾਂਜੀ ਜਿੰਨੇ ਵੀ ਜੱਫੇ ਲਾਉਣਗੇ ਕਹਿੰਦੇ ਉਹਨੇ ਮਾਇਆ ਦੇ ਗੱਫੇ ਆਉਣੇ ਹੈ ਪਰ ਮੈਚ ਦੀ ਜਿਹੜੀ ਸਮਾਪਤੀ ਹੋ ਚੁੱਕੀ ਹੈ ਗੇਜੇ ਕੋਟ ਗੰਗੂ ਰਾਏ ਵਾਲੇ ਦੇ ਲਈ ਅਤੇ ਪੰਮੇ ਬਵਾਣੀ ਲਈ ਵੀ 200 ਦੇ ਮਾਣ ਜਿਹੜੇ ਕੁਲਵੰਤ ਕੁਲਵਿੰਦਰ ਸਿੰਘ ਜੀ ਕਹਿੰਦਾ ਵੀਰ ਜੋ ਪੁਆਇੰਟ ਲਿਖਣ ਦੀ ਸੇਵਾ ਨਿਭਾ ਰਿਹਾ ਹੈ ਸਾਡੇ 9 ਪੁਆਇੰਟ ਨੇ ਜਿਹੜੇ ਕੋਟ ਗੰਗੂ ਰਾਏ ਦੇ ਔਰ 13 ਪੁਆਇੰਟ ਨੇ ਮਜਾਲੀਆਂ ਦੀ ਟੀਮ ਦੇ ਮਜਾਲੀਆਂ ਦੀ ਟੀਮ ਜਿਹੜੀ ਜੇਤੂ ਰਹੀ ਹੈ ਜੀ ਨੋਟ ਕੀਤਾ ਜਾਵੇ ਮਜਾਲੀਆਂ ਕੁਲਵਿੰਦਰ ਸਿੰਘ ਜੀ ਕਹਿੰਦਾ ਅਤੇ ਸਤਵਿੰਦਰ ਸਿੰਘ ਜੀ ਬੇਲੋ
ਇਹਨਾਂ ਵੱਲੋਂ ਵੱਡੇ ਮਾਣ ਜਿਹੜੇ ਪੁੱਜੇ ਆ ਪਲੇਅਰਾਂ ਦੇ ਲਈ ਬਹੁਤ ਬਹੁਤ ਧੰਨਵਾਦ ਹੈ। ਪੰਮਾ ਬਵਾਣੀ ਅਤੇ ਗੇਜਾ ਕੋਟ ਗੰਗੂ ਰਾਏ ਵਾਲਾ ਪੰਮਿਆਂ ਤੁਹਾਡਾ 200 ਹੈ ਭਰਾਵਾ ਆ ਕੇ ਲੈ ਜਾ। ਮਜਾਲੀਆਂ ਵਾਲੇ ਅੰਮ੍ਰਿਤ ਦੇ ਲਈ ਵੀ ਮਾਇਆ ਦੇ ਜਿਹੜੇ ਗੱਫੇ ਮੇਰੇ ਕੋਲ ਹੈ ਨਾਹਰ ਸਿੰਘ ਜੀ ਲੋਪੋਂ ਵਾਲੇ ਨੇ ਮਾਣ ਜਿਹੜੇ ਪੁੱਜਦੇ ਕੀਤੇ ਹੈ। ਮਨਵੀਰ ਸਾਡਾ ਬਾਈ ਜਿੱਥੇ ਕਿਤੇ ਆਵਾਜ਼ ਸੁਣਦਾ ਕਾਂਤੇ ਬਾਈ ਨਾਲ ਕੇ ਸੰਪਰਕ ਕਰ ਲਵੇ। ਮਨਵੀਰ ਵੀ ਸਾਰੀਆਂ ਸਤਿਕਾਰਯੋਗ ਸ਼ਖਸੀਅਤ ਨੇ ਜਿਹੜੀਆਂ ਉਹ ਲਾਈਨ ਤੋਂ ਥੋੜਾ ਪਿੱਛੇ ਹੋ ਜਾਣ। ਹੈਲੋ 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 ਛੋਟਾ ਗੋਪੀ ਮਾਨਕੀ ਵਾਲਾ ਤੇ ਵੱਡਾ ਗੋਪੀ ਮਾਨਕੀ ਵਾਲਾ ਜਿੱਥੇ ਵੀ ਸਾਡੀ ਆਵਾਜ਼ ਸੁਣਦੇ ਹੈ ਉਹ ਗਰਾਊਂਡ ਦੇ ਵਿੱਚ ਬਿਲਕੁਲ ਸਾਡੇ ਕੋਲ ਆ ਜਾਣ। ਉਹਨਾਂ ਦੇ ਮਾਣ ਤੇ ਸਨਮਾਨ ਜਿਹੜੇ ਵੱਡੇ ਕੀਤੇ ਜਾਣੇ ਆ ਇੱਧਰ ਸਾਡੇ ਕੋਲ ਖੜੇ ਹੈ ਸਾਡੇ ਬੜੇ ਸਤਿਕਾਰਯੋਗ ਵੀਰ ਨੇ ਸਰਪੰਚ ਕੋਟ ਗੰਗੂ ਰਾਏ ਸਰਦਾਰ ਗੁਰਬਖਸ਼ ਸਿੰਘ ਜੀ ਸਰਪੰਚ ਕੋਟ ਗੰਗੂ ਰਾਏ ਹਰਦਿਆਲ ਸਿੰਘ ਜੀ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ। ਦੋਨੇ ਗੋਪੀਆਂ ਦੇ ਜਿਹੜੇ ਵਿਸ਼ੇਸ਼ ਸਨਮਾਨ ਉਹਨਾਂ ਵੱਲੋਂ ਕੀਤੇ ਜਾਣੇ ਹੈ। ਮੇਰੀ ਬੇਨਤੀ ਹੈ ਛੋਟਾ ਗੋਪੀ ਤੇ ਵੱਡਾ ਗੋਪੀ ਲਓ ਮੁਕਾਬਲਾ ਕਹਿੰਦੇ ਮੇਰੇ ਪੰਜਾਬੀ ਵੀਰੋ ਜਿਹੜਾ ਤੁਹਾਡੇ ਦਰਮਿਆਨ ਇਸ ਵੇਲੇ ਸ਼ੁਰੂ ਹੋਣ ਲੱਗੇ ਹੈ। ਇੱਕ ਪਾਸੇ ਕਹਿੰਦੇ ਟੀਮ ਜਿਹੜੀ ਖੇਡੇਗੀ ਦੁਆਬੇ ਦੇ ਇਹ ਨੌਜਵਾਨ ਨੇ ਕਿ ਅੰਬੀਆਂ ਨੂੰ ਤਰ ਸਿੰਘ ਜੀ ਛੱਡ ਕੇ ਦੇਸ਼ ਦੁਆਬਾ ਸੰਤ ਬਾਬਾ ਬਲਵੀਰ ਸਿੰਘ ਜੀ ਸੀਚੇਵਾਲ ਅਖਬਾਰਾਂ ਦੇ ਵਿੱਚ ਤੁਸੀਂ ਨਿੱਤ ਪੜ੍ਹਦੇ ਹੋ ਵਾਤਾਵਰਣ ਪ੍ਰੇਮੀ ਨੇ ਸ਼੍ਰੀਮਾਨ ਸੰਤ ਬਾਬਾ ਬਲਵੀਰ ਸਿੰਘ ਜੀ ਸੀਚੇਵਾਲ ਵਾਲਿਆਂ ਦਾ ਕਹਿੰਦੇ ਪਿੰਡ ਹੈ ਸੀਚੇਵਾਲ ਪਿੰਡ ਜ਼ਿਲ੍ਹੇ ਜਲੰਧਰ ਦੀ ਕਹਿੰਦੇ ਗੱਲ ਹੈ ਕਿ ਨਵਾਂ ਸ਼ਹਿਰ ਫਗਵਾੜਾ ਬੰਗਾ ਧਰਤ ਨਕੋਦਰ ਦੀ ਕਿ ਆਏ ਪੰਜਾਬ ਦੀ ਯਾਦ ਜਦੋਂ ਰੂਹ ਹੁਣ ਵੀ ਉੱਧਰ ਦੀ ਕਿ ਜਾਦਾਂ ਪੱਲੇ ਬੰਨ ਲਿਆਏ ਨਾਲ ਜਲੰਧਰ ਤੋਂ ਅੱਜ ਸੱਜਣਾਂ ਦੀ ਆਈ ਹੈ ਸਾਨੂੰ ਕਾਲ ਜਲੰਧਰ ਤੋਂ। ਦੂਜੇ ਪਾਸੇ ਕਹਿੰਦੇ ਜ਼ਿਲ੍ਹੇ ਰੋਪੜ ਦਾ ਮੰਨਿਆ ਪਰਮੰਨਿਆ ਪਿੰਡ ਹੈ ਮੇਰੇ ਪੰਜਾਬੀ ਵੀਰੋ ਮਰਿੰਡੇ ਦੇ ਲਾਗੇ ਵਸਿਆ ਪਿੰਡ ਹੈ ਬਾਬਾ ਗਾਜੀ ਦਾਸ ਕਬੱਡੀ ਕਲੱਬ ਧਨੌਰੇ ਬਾਬਾ ਗਾਜੀ ਦਾਸ ਦੀਆਂ ਦੀ ਬਹੁਤ ਵੱਡੀ ਕਿਰਪਾ ਹੈ ਕਹਿੰਦੇ ਜਿਹੜੇ ਪਿੰਡ ਦੇ ਉੱਤੇ। ਇੱਕ ਪਾਸੇ ਸੀਚੇਵਾਲ ਦੇ ਕਹਿੰਦੇ ਮਨਜਿੰਦਰ ਵਰਗੇ ਖਿਡਾਰੀ ਨੌਜਵਾਨ ਗੱਭਰੂ ਕਹਿੰਦੇ ਵਾਹਿਗੁਰੂ ਵਰਗੇ ਤੇ ਨਾਲ ਕਹਿੰਦੇ ਬਾਲਨਾਓ ਪਿੰਡ ਦੇ ਮੰਨੇ ਵਰਗੇ ਨੌਜਵਾਨ ਜਿਹੜੇ ਖੇਡਣਗੇ ਮੇਰੇ ਵੀਰੋ ਤੇ ਜਿੰਦਰ ਸੰਧੜਾਂ ਵਾਲਾ ਵੀ ਕਹਿੰਦੇ ਪੁੱਜਿਆ ਇਸੇ ਮੈਚ ਦੇ ਵਿੱਚ। ਦੂਸਰੇ ਪਾਸੇ ਢੋਡਿਆਂ ਦੇ ਬਿੰਦੂ ਵਰਗੇ ਨੌਜਵਾਨ ਹੋਣਗੇ। ਉਦੋਂ ਦੋ ਨੰਬਰ ਗਰਾਊਂਡ ਦੇ ਵਿੱਚ ਵੀ ਕਹਿੰਦੇ ਬਹੁਤ ਹੀ ਸ਼ਾਨਦਾਰ ਮੁਕਾਬਲਾ ਜਿਹੜਾ ਚੱਲ ਰਿਹਾ ਹੈ। ਸਿੱਖ ਸਰਦਾਰ ਇਸ ਵੇਲੇ ਜੰਟੀ ਨਾਮ ਆ ਕਹਿੰਦੇ ਮਾਝੇ ਦਾ ਮਜਾਲ ਇਸ ਵੇਲੇ ਕਬੱਡੀ ਪਾ ਰਿਹਾ ਕਹਿੰਦੇ ਦੋ ਨੰਬਰ ਗਰਾਊਂਡ ਦੇ ਵਿੱਚ ਉਦੋਂ ਨੰਗਲਵਾਲ ਕੁਤਬੇ ਦੀ ਟੀਮ ਤੋਂ ਬਹੁਤ ਹੀ ਸ਼ਾਨਦਾਰ ਅੰਕ ਦਾ ਵਾਧਾ ਕਰਦਾ ਹੋਇਆ ਸਰਪੰਚ ਗੁਰਬਖਸ਼ ਸਿੰਘ ਜੀ ਜਿਹੜੇ ਕਹਿੰਦੇ ਵੀ ਮਾਣ ਕਰ ਰਹੇ ਆ ਛੋਟੇ ਗੋਪੀ ਤੇ ਵੱਡੇ ਗੋਪੀ ਦਾ। ਓਮ ਇੱਕ ਮਿੰਟ ਆਪਣੇ ਛੋਟਾ ਗੋਪੀ ਮਾਨਕੀ ਜਿਹਨਾਂ ਦਾ ਅੱਜ ਸਨਮਾਨ ਕੀਤਾ ਜਾਣਾ 1100 ਰੁਪਇਆ ਉਹਨਾਂ ਦੇ ਡੈਡੀ ਨੇ ਸਾਨੂੰ ਮੈਕ ਸਹਾਇਤਾ ਭੇਜੀ ਆ ਉਹਨਾਂ ਦੇ ਅਸੀਂ ਹਾਰਦਿਕ ਧੰਨਵਾਦੀ ਹਾਂ। ਬਹੁਤ ਤਕੜਾ ਕਹਿੰਦੇ ਮੁਕਾਬਲਾ ਇਸ ਵੇਲੇ ਜਿਹੜਾ ਸ਼ੁਰੂ ਹੋਣ ਲੱਗਿਆ ਦੋਨੋਂ ਟੀਮਾਂ ਦੇ ਦਰਮਿਆਨ ਮਾਣ ਸਨਮਾਨ ਇੱਧਰੋਂ ਕਹਿੰਦੇ ਗੋਪੀ ਮਾਨਕੀ ਵਾਲ ਦਾ ਜਿਹੜਾ ਕੀਤਾ ਜਾ ਰਿਹਾ ਹੈ। ਹਾਂਜੀ ਮਿੰਟੂ ਫੌਜੀ ਜੀ ਹੈਲੋ ਪਹਿਲੇ ਜੱਫੇ ਤੇ ਜਗਜੀਤ ਡੰਗ ਜੀ ਤੇ ਸਤਵਿੰਦਰ ਸਿੰਘ ਜੀ ਬਿੱਲੂ ਪੰਚ ਅਮਰਜੀਤ ਕੋਨਰ ਤੇ ਕੁਲਵਿੰਦਰ ਮਾਨਕੀ ਸੀਨੀਅਰ ਗੋਪੀ ਅਤੇ ਜੂਨੀਅਰ ਗੋਪੀ ਮਾਨਕੀ ਸਾਡੇ ਕੋਲ ਗਰਾਊਂਡ ਦੇ ਵਿਚਕਾਰ ਪਹੁੰਚੇ 200 ਰੁਪਏ ਦੇ ਮਾਣ ਹੈ ਸੀਨੀਅਰ ਗੋਪੀ ਅਤੇ ਜੂਨੀਅਰ ਗੋਪੀ। ਇੱਥੇ ਅਸੀਂ ਗਰਾਊਂਡ ਦੇ ਵਿੱਚ ਖੜੇ ਹਾਂ ਸਰਪੰਚ ਗੁਰਬਖਸ਼ ਸਿੰਘ ਜੀ ਕਾਲਾ ਜਿਨ੍ਹਾਂ ਦੇ ਹੱਥ ਕਮਾਂਡ ਕੋਟ ਗੰਗੂ ਰਾਏ ਦੀ ਨਾਲ ਜਥੇਦਾਰ ਹਰਦਿਆਲ ਸਿੰਘ ਜੀ ਉਹਨਾਂ ਨੂੰ ਸਨਮਾਨਿਤ ਕਰਨਗੇ ਉਹ ਆ ਕੇ ਆਪਣਾ ਸਨਮਾਨ ਸਾਡੇ ਕੋਲੋਂ ਲੈ ਜਾਣ। ਉਧਰ ਗੋਪੀਆਂ ਦੇ ਮਾਣ ਤੇ ਸਨਮਾਨ ਹੋ ਰਹੇ ਹੈ ਇੱਧਰ ਪਹਿਲੇ ਜੱਫੇ ਤੇ ਜਗਜੀਤ ਡੰਗ ਜੀ ਸਤਵਿੰਦਰ ਸਿੰਘ ਜੀ ਬਿੱਲੂ ਪੰਚ ਅਮਰਜੀਤ ਕੋਨਰ ਤੇ ਕੁਲਵਿੰਦਰ ਕੰਦਾ ਜਿਨ੍ਹਾਂ ਵੱਲੋਂ 200 ਰੁਪਏ ਦੇ ਮਾਣ ਦਿੱਤੇ ਜਾਣੇ ਹੈ ਮੇਰੇ ਵੀਰੋ ਪਹਿਲੇ ਜੱਫੇ ਤੇ ਜਿਹੜਾ ਪਹਿਲਾ ਜੱਫਾ ਲਾਊਗਾ ਇਸੇ ਮੈਚ ਦਾ। ਬਈ ਵੀਰੋ ਬਿਨਾਂ ਦੱਸੇ ਮੇਰੇ ਕੋਲ ਇੱਕਣ ਨਾ ਆਇਆ ਹੋਵੇ ਕਿ ਕਿਹਨੇ ਲਾਇਆ ਉੱਪਰ ਲਾਇਆ ਹੋਊ ਕਿਸੇ ਨੇ ਉਹਦੇ ਕੋਲ ਜਾ ਕੇ ਲੈ ਲਓ ਠੀਕ ਆ ਨਾ ਪੈਸੇ ਜਿਹਨੇ ਉੱਪਰ ਲਾਏ ਨੇ ਉਹਨਾਂ ਕੋਲੋਂ ਜਾ ਕੇ ਲੈ ਲਓ। ਆ ਸਾਡੇ ਸੀਨੀਅਰ ਗੋਪੀ ਨੂੰ ਸਨਮਾਨਿਤ ਕਰ ਰਹੇ ਨੇ ਗੁਰਬਖਸ਼ ਸਿੰਘ ਜੀ ਕਾਲਾ ਮੇਰੀ ਬੇਨਤੀ ਹੈ ਅਤੇ ਜਥੇਦਾਰ ਹਰਦਿਆਲ ਸਿੰਘ ਜੀ ਕੋਈ ਵੀ ਮੈਂਬਰ ਪੰਚਾਇਤ ਸਤਵਿੰਦਰ ਸਿੰਘ ਜੀ ਧਰਮਸੋ ਬਲੈਤੀ ਰਾਮ ਜੀ ਨਾਲ ਐਕਸ ਪ੍ਰਧਾਨ ਅਵਤਾਰ ਸਿੰਘ ਜੀ ਮਠਾੜੂ ਅਮਰਜੀਤ ਸਿੰਘ ਖੂਹੀ ਪਾਸਾ ਇਹਨਾਂ ਸਾਰੀਆਂ ਮਹਾਨ ਸ਼ਖਸੀਅਤਾਂ ਦਾ ਬਹੁਤ ਬਹੁਤ ਧੰਨਵਾਦ ਜੀ। ਜੂਨੀਅਰ ਗੋਪੀ ਤੁਸੀਂ ਵੀ ਆ ਜਾਓ ਵੀਰ ਕਿੱਥੇ ਹੋ ਸਿੱਧਮਾ ਦੋਨਾਂ ਤੇ ਕਿਸ਼ਨਪੁਰਾ ਇਹ ਦੋ ਨੰਬਰ ਗਰਾਊਂਡ ਦਾ ਅਗਲਾ ਮੈਚ ਹੈ ਗੋਲਡੀ ਟੋਡਰਪੁਰੀਆ ਸਾਡਾ ਵੀਰੋ ਵੀ ਪੁੱਜਿਆ ਹੋਇਆ ਕਬੱਡੀ ਦਾ ਸਟਾਰ ਜਾਫੀ ਪਿਛਲੇ ਸੀਜ਼ਨ 60 ਵਜੇ ਆਪਰੇਸ਼ਨ ਕਰਵਾਇਆ ਗੱਭਰੂ ਨੇ
मेहनत कर रहा सी और मेहनत करते करते फिर उही सट जड़ी हिल गई। परमात्मा अगे अरदास करदे आ वी फिर फिट हो के इन्हां ग्राउंडां विच जफ्फे लाऊगा। गोल्डी टोडरपुरिया भी पुज्जिया होया उहदा भी धन्नवाद है। लाओ टॉप दे मुकाबले अज कहिंदे पिंड कोट गंगूराज दी धरती ते खेडे जा रहे हैं। सारे खिडारियां नूं बेनती है कोई भी खिडारी कोई भी तिलकण वाली चीज ला के ग्राउंड विच ना आवे। मुलाजम वीर प्लीज इधरों फिर चल गए ने, इधर फिर उही काम हो गया, लोग फैंसिंग दे अंदर पड़न लग गए। मुलाजम वीरां नूं बेनती करदे आ प्लीज इधर स्टेज कोल आ। एक्स प्रधान अवतार सिंह जी मठाड़ू वल्लों पहली रेट ते 100 रुपया। हैलो धर्मेंद्र सिंह जी यूएसए वल्लों भी पहली रेट ते 100 रुपया। कबड्डी कोच दर्शन सिंह जी बहुत सत्कारयोग शख्सी है जिहड़ी पुज्जी हुई है साडे दरमियान, उन्हां नूं बेनती है भी वह भी साडे इधर ग्राउंड वल आ जाण। धर्मेंद्र सिंह जी यूएसए ते साडे एक्स प्रधान अवतार सिंह जी मठाड़ू जिन्हां वल्लों 100-100 रुपए के मान पुज्जे आ पहले रेड दे उत्ते। पहली रेड लाओ पाल कहण दी धरती दे इस वेले पहली रेड पाउण दे ने मेरे वीरियो। हैलो बहुत तकड़ा कहिंदे मुकाबला इस वेले मेरे वीरो कोट गंगू राय दे कहिंदे खेड स्टेडियम में जिहड़ा शुरू हो चुके आ। आ नौजवान दा कहिंदे आलमगीर साहब दे लागे कहिंदे कैंड पिंड ते दुनिया विच कहिंदे मशहूर कर दित्ता है। पाल कैंड वाला पहला पॉइंट लेके आउंदा होया। लै वी राजे आ 200 रुपया पाल दा मेरे कोल लै जाओ, ये नाल दी नाल अपनी माया जिहड़ी सांभी जाओ। बहुत बहुत धन्यवाद होवेगा। हाँ जी हाँ जी भाई जी हाँ जी दसो। हेलो वॉलीबॉल शूटिंग चक कला फर्स्ट उपला सेकंड सारे एंट्री अंदर हो गई, देख लो भी ग्राउंड अपना पूरा बंद होने तक चले गया। मेरे को हुणे हुणे मुलाजम वीर आए, उन्होंने मैनू आख्या भी जिहड़े वाधू वीर ग्राउंड के बैरीगेटर के अंदर बैठे है वह अपने आप ही बाहर हो जाए, नहीं तो शक्ति पेश करनगे शक्ति पेश करनगे। मेरी हथ मन के बेनती है सारे बाहर हो जाए। कमेंटर एक मिनट, जेड़े मेरे वीर इधरले पासे आ स्टेडियम के उत्ते खड़े ने आ बेनती मनो जी साड़ी, जेड़े मेरे वीर इधर खब्बे अपने सज्जे हाथ कृपा करके हेठा बह जाओ, जां मगर आ जाओ, मगर लैन दीदा नहीं हैगा। हरदयाल सिंह जी ये बेनती है हेठा नौजवान गभरू जिंदर संधला वाला मेरे वीरो जिते जफा लग गया कहिंदे 100 दिता जाना है नहीं पर जसा भड़ी पनैचा वाला कहिंदे पॉइंट लेके वापस आउंदा होया। धर्मेंद्र सिंह जी यूएसए वल्लों सनी इटली वालों 200 दे माण है से कबड्डी ते। एक मिनट जी कमेंटर साहब एक मिनट कमेंटर साहब एक मिनट आ बेनती आ वीरो दुबारा फिर मगर लिया नूं दीदा नहीं, जे तुसीं खड़े होना तां पिछे आ जाओ, नहीं कुर्सियां नहीं खाले बैठो कुर्सियां ते सारे जाणे पिछे वालिआं नूं दिस नहीं रिहा, हथ मन के बेनती है बह जाओ मेरा वीर, जिन्हां नूं भी बेनती करदा बैठो हेठां पहलां सारे मैच फिर स्टार्ट होगा, बह जाओ हेठां मगर लिआं दिस नहीं रिहा, जे तुसीं खाणा तां मगर आ जाओ बह जाओ हथ मन के बेनती है, तुसीं साडे अपणे हो बह जाओ। और परले पासे भी मेरा वीर जिहड़े विचाले खड़े जी बैठो हेठां बजुर्गो बैठो हेठां। पहेड़ी ते जस्सी क्लब चौंदा ये भी टीमां तैयारी फड़ के ग्राउंड विच पुजनगियां। सतविंदर सिंह जी बिल्लू पंच जगजीत डंग अमरजीत कुंदर ते कुलविंदर किंदा जिन्हां वल्लों माण है जिन्हें जफ्फा लाया, जफ्फा किने लाया जी जिस खिडारी ने जफ्फा लाया उहदे लई 200 दे माण है। लै वी खन्ने वालिया कर गल सिस्टम नहीं समझ आता मेनू तां मुलाजम वीर भेजो जी ग्राउंड दे विच जल्दी इहदा सारे अंदर आवड़े मैच रोक दोगे जे वीर इन्ना सिरे दा मैच है ते गल्लां होरे छड़ियां पईआं ने समझो बाहर आ चक्कर लाओ। आ इह कहिंदे बल लाउण वाला दीपा मेरे पंजाबी वीर दीपे दा वीर मन्ना नौजवान दा कहिंदे बड़ा वीर पुज्जिआ होइआ इंग्लैंड दे खेड ग्राउंडां विच ते कहिंदे मनी धनौरी वाला ट्राई करदा है पर मन्ना बल लाउण दी धरती दा है। इस वेले बड़ा स्टाइलिश जिहा कहिंदे नौजवान गभरू पॉइंट दे के वापस आउंदा होइआ। प्लीज बेनती आ भाई जी इधर आ जाओ प्लीज। सरदार धर्मेंद्र सिंह जी उन्हां वल्लों बड़े फैंसिंग दे स्प्रे मूव स्प्रे जिहड़ी ग्राउंड विच बुद्धि कीती जावे जी मूव स्प्रे। लै वी कड्याणे वाले जिहड़े अज आ मैच बोलेंदे ना आपां इह 365 ते कढ के देखणगे लोक ते गालां आपां नूं देखी कढदे। लाओ इधर वेखो मेरे वीरो ए एन नौजवान कहिंदे हरदीप सिंह पाडा बेनड़े वाला है पर पाल कहण दी धरती दा कहिंदे पॉइंट लै के वापस आउंदा होया। आ नौजवान दी कहिंदे जे आपां दिख वल निगाह मारीए ते मलसियां दे कहिंदे कुलजीते वर्गा शरीर है इसे नौजवान का यह है कहिंदे मरजिंदर सिंह सीचे वाली है बड़े साऊ ये सुभाव वाला कहिंदे गभरू है मरजिंदर सिंह सीचे वाली आ कहिंदे पॉइंट लेके जांदा होया है। जड़े पिंड का तीर्थ बड़ा मशहूर है मूव स्प्रे भी पूरी कर दो जी साडी बेनती है। लाओ आ खिडारी कहिंदे
जिले पटियाले दे भड़ी पनैचा पिंड नूं बिलोंग करदा मेरे पंजाबी वीरो कि मर जाना मान भी खड़ारी कदे बड़ा सी बागां वाले शहर पटियाले जी का अड्डा सी यह कहिंदे भड़ी पनैचा वाला जसा जिहदी यारी है कहिंदे शमशपुर के सुल्तान के नाल लो एक सौ है कहिंदे भड़ी वाले जसे के लिए साडे धर्मेंद्र सिंह जी राजा यूएसए उन्हां वल्लों जसे के लिए वड्डे जिहड़े मान सम्मान लै भी राजे है ये मैं जी मेरे को प्राप्त कर ली बल नौ पिंड है कहिंदे से गभरू का मेरे पंजाबी वीरो कलेर परिवार का कहिंदे गभरू मन्ने दे तौर ते दुनिया जानती है दूजे पासे कहिंदे चट्ठे परिवार का स्वर्गीय ये है कहिंदे बलदेव सिंह चट्ठे का पुत्र मनप्रीत सिंह मनी धनौरी की धरती का मेरे वीरो के खड़ खड़ बहिंदे लोकी सन जट नो आउंदे यारो रुकणे तूफान जट नो आउंदे यारो रुकणे तूफान जट नो पर सफलता धावी दे कहिंदे कदम चमदी हुई भोले की कबड्डी ते कड़ियाने वाला गल करूँ ओम इसे कबड्डी की लो इधर एक नंबर ग्राउंड कहिंदे बहुत ही तकड़ा जिहड़ा मुकाबला चल रहा है उधर दो नंबर ग्राउंड भी कहिंदे गहगड़मा मुकाबला जिहड़ा चल रहा है इस वेले कहिंदे उदो नंगल की धरती का सिख सरदार इस वेले जंटी मेरे वीरियो दो नंबर ग्राउंड कहिंदे अंक अपनी टीम के हिस्से जुड़ता होया लो इधरले पासे एक नंबर ग्राउंड कहिंदे नौजवान धनौरी वाला अंक अपनी टीम के हिस्से जुड़ता होया भारी शरीर है थब्बे थब्बे दे पटने जिथे भव धरदा कहिंदे धरती नीवी होने वाली गल है कि निव दी जमीन इन्हां दे रखे पब्बां तों पंची ने खिडारी अज चोटी दी क्लबां चों किने अज हनेरी वांग बगना कि खादियां खुराकां दा है अज पता लगना खादियां खुराकां किने मारे ने हो डंड वई की जी अज किहड़ा यार की दी लाऊ कंड वई किनू इंग्लैंड ते कनेडा लई सदना कि खादियां खुराकां दा है अज पता लगना खादिया खुराक का है अज पता लगना खाधी हुई खुराक ते लगी हुई मेहनत का मुल मेरे वीरियो अज कोट गंगूराई की धरती है सत्रवीं कहिंदे मिनी ओलंपिक खेडा लाओ पाल कहिण दी धरती दा इस वेले लखां जां अंक अपनी टीम दे हिस्से जुड़दा होया सिद्धमा दोनों की टीम काफ़ी समय तो पुजी हुई है किशनपुरा की टीम हथ खड़ा कर देवे किशनपुरा किशनपुरा की टीम भी पुज गई है देबी क्लब दा अगला मैच होगा देबी क्लब किशनपुरी की टीम जी पुज चुकी है तो फैसला की है कोट गंगू राय वाले कहिंदे अंग्रेज सिंह गेजे ने फैसला कर दिता है भी पॉइंट जुड़ता हुआ इस वेले धनौरी की टीम के से इधर साडा मनवीर कूनर है मनवीर मनिंदर कूनर की फ्रेंड सर्कल के जिन्हें भी साढ़े यार पुजे हुए है हैरी बल रकबे वाला है कितने एक बैठा हैरी दसी जरा हैरी बल रकबे वाला कहिंदे पुजा हुआ अज्ज दे कप ते मेरे वीरो सिक्का चलता साढ़े यार का कहिंदे मुलापुर के एरिए प्रधान है कहिंदे खालसा कॉलेज सुधार का उन्होंने नाल जिन्हें भी साढ़े सत्कारयोग वीर पुजे ने सारिआं दा बहुत बहुत धन्यवाद है लाओ ये है कहिंदे नौजवान गभरू मेरे पंजाबी वीरो धूरी के लागे करके कहिंदे बेनड़ा पिंड है जिथों का लभी बड़ा मशहूर है यह है कहिंदे पाडा हरदीप सिंह पाडा बेनड़े वाला है मैदान के लाँदा हुआ इस वेले सिरे का जफा राजा यूएसए जी धर्मेंद्र बाई जी उन्होंने वालों एक सौ है कहिंदे से जफे का बई सीचे वाली पॉइंट ले लियो हैं जी लाशी कनेडा ते जोवन कनेडा गगी कनेडा ते जोवन कनेडा पाटे के लिए बड़े माण पूजे करते हैं ढोडिया वाला बिंदु जिने जफे लाओ बादशाह कनेडा मंपी कनेडा ते दीपी साढ़े यार दे वालों कहिंदे बड़े माया दे गफे जिहड़े दित्ते जाणगे लाओ जस्सा भड़ी भणैचा वाला मेरे वीरियो जस्सा भड़ी भणैचा वाला इस वेले मैदान दे विच अगली कबड्डी पाउण दे लई वधिया होया उधर कुतबे की टीम जिहड़ी जेतू रही है लवी लालीवीर नोट कर लियो कुतबे की टीम जिहड़ी जेतू रही है डॉक्टर धर्मेंद्र सिंह जी राजगढ़ वाली वो ऐलान कर देनी भी इस मैच में जिन्ने जफे लगनगे हर एक जफे का कहिंदे 200 दिता जाऊगा डॉक्टर धर्मेंद्र सिंह जी राजगढ़ वाले कहिंदे पुजे उन्हें दराहे दे विच कहिंदे बड़ियां सेवावां ने जरगड़ी वाले शीरे दे नाल कहिंदे बहुत बड़ा प्यार बनिया होया जिन्हां दा लाओ धनौरी वाला कहिंदे मनी मेरे वीरो चार साल खेडा जट कहिंदे इंग्लैंड दे खेड ग्राउंडां दे विच पर दूजे पासे आ मुंडे ते जवानी कहिंदे अत दी चढ़ी हुई है यह है कहिंदे नौजवान गभरू मन्ना बल नौं दी धरती दा पर सफलता कहिंदे मनी दे कदम चमदी हुई राजा यूएसए जी 100 दे माण इसे जफे तो खुश होकर पुजदे करदे है राजगढ़ वाले साढ़े धर्मेंद्र डॉक्टर जी उन्होंने वालों भी कहते माया के खुले जड़े गफे दिते जा रहे हैं लो मैदान के अगली कबड्डी पाउण दे लई पाल दा कहिंदे कैंड पिंड है मेरे पंजाबी वीरो दूजे पासे कहिंदे जिंदर संधना वाला है यह भी जाफी कहिंदे पूरे कमाल का मेरे पंजाबी वीरो संधना वाला जिंदर ट्राई करदा है ते कैंड वाला पाल
ਪੁਆਇੰਟ ਲੈ ਕੇ ਇਸ ਵੇਲੇ ਵਾਪਸ ਆਉਂਦਾ ਹੋਇਆ। ਇੱਧਰ ਸਾਡੇ ਪ੍ਰਧਾਨ ਜਗਦੀਸ਼ ਸਿੰਘ ਜੀ ਤੇ ਨਾਲ ਸਾਰੀ ਹੀ ਪ੍ਰਬੰਧਕ ਕਮੇਟੀ, ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਹੈਲੋ ਪ੍ਰਧਾਨ, ਆਹ ਦੋ ਮੁਲਾਜ਼ਮ ਫੜ ਕੇ ਲਈਏ ਇੱਥੇ ਝੁੰਡ ਬਣਾਈ ਖੜੇ ਜਾ ਰਹੇ, ਇੱਧਰ ਮੈਚ ਬੰਦ ਕਰ ਦਿਓ, ਆਹ ਸਾਰੇ ਇੱਧਰ ਖੜਾ ਪੱਟਿਆ ਸਾਰਾ। ਧਨੌਰੀ ਵਾਲਾ ਸ਼ੇਰੂ ਆਨੰਦਪੁਰ ਸਾਹਿਬ ਦੀ ਚੈਂਪੀਅਨਸ਼ਿਪ ਦਾ ਕਹਿੰਦੇ ਬੈਠ ਜਾ ਫੀਰ ਸ਼ੇਰੂ ਧਨੌਰੀ ਵਾਲਾ। ਮੈਚ ਦੀ ਸਮਾਪਤੀ ਹੈ, ਹਰਜੀਤ ਸਿੰਘ ਜੀ ਸਰਪੰਚ ਲਾਟੋ ਜੀ, ਇਹਨਾਂ ਨੇ ਸਪੋਰਟਸ ਕਲੱਬ ਨੂੰ 1100 ਰੁਪਇਆ ਜੀ, ਸਤਵਿੰਦਰ ਸਿੰਘ ਬਿੱਲੂ ਪੰਚ, ਜਗਦੀਸ਼ ਟੰਗ ਜੀ, ਅਮਰਜੀਤ ਕੁੰਦਰ, ਕੁਲਵਿੰਦਰ ਕੰਦਾ ਜਿਹੜਾ ਬਹੁਤ ਸਾਰਾ ਮਾਣ ਕਰਦੇ ਆ, ਬਹੁਤ ਬਹੁਤ ਧੰਨਵਾਦ ਹੈ। ਜਿੱਥੇ ਇਹਨਾਂ ਖਿਡਾਰੀਆਂ ਦਾ ਉੱਥੇ ਕਮੈਂਟੇਟਰਾਂ ਦਾ ਵੀ ਬਹੁਤ ਵੱਡਾ ਮਾਣ ਕਰਦੇ ਹੈ। ਦੋਨੋਂ ਟੀਮਾਂ ਅਗਲੇ ਮੁਕਾਬਲੇ ਦੀਆਂ ਜੀ ਬੇਨਤੀ ਆ, ਲਾਈਨ ਅਪ ਹੋ ਜਾਣ ਖਿਡਾਰੀਆਂ ਦੇ ਨਾਲ, ਜਾਣ ਪਹਿਚਾਣ ਦੇ ਲਈ ਪੁੱਜੀਆਂ ਜਾਂ ਸਾਡੀਆਂ ਸਾਰੀਆਂ ਸਤਿਕਾਰਯੋਗ ਸ਼ਖਸੀਅਤਾਂ, ਹੈਰੀ ਬੱਲ ਰਕਬੇ ਵਾਲਾ, ਹੈਰੀ ਬੱਲ ਰਕਬੇ ਵਾਲਾ ਦਾ ਉੱਚੇ ਤੌਰ ਦੇ ਉੱਤੇ ਧੰਨਵਾਦ ਹੈ, ਜੋ ਕਿ ਪ੍ਰਧਾਨ ਹੈ ਖਾਲਸਾ ਕਾਲਜ ਸੁਧਾਰ ਦਾ ਸਾਡਾ ਵੀਰ, ਉਹਨਾਂ ਦੇ ਨਾਲ ਸਾਡੇ ਬਾਈ ਗੁਰਿੰਦਰ ਭਲਵਾਨ ਜੀ ਵੀ ਕਹਿੰਦੇ ਚੇਚੇ ਤੌਰ ਦੇ ਉੱਤੇ ਪੁੱਜੇ ਹੋਏ ਨੇ ਅੱਜ ਦੇ ਕੱਪ ਦੇ ਉੱਤੇ। ਸੀਚੇਵਾਲ ਦੀ ਟੀਮ ਦੇ 8 ਪੁਆਇੰਟ ਨੇ ਜੀ, ਧਨੌਰੀ ਦੀ ਟੀਮ ਦੇ ਨੰਬਰ ਜਿਹੜੇ 12.5 ਰਹੇ ਨੇ ਇਸ ਮੈਚ ਦੇ ਵਿੱਚੋਂ। ਹੈਰੀ ਬੱਲ ਰਕਬਾ ਉੱਚੇ ਤੌਰ ਦੇ ਉੱਤੇ ਪੁੱਜੇ ਨੇ ਸਾਡੇ ਵੀਰ ਜਗਦੀਸ਼ ਕੂਨਰ ਜੀ, ਪ੍ਰਧਾਨ ਸਾਹਿਬ ਮਨਿੰਦਰ ਕੂਨਰ, ਹਰਪ੍ਰੀਤ ਕੂਨਰ ਅਤੇ ਜਸਮਨਪ੍ਰੀਤ ਕੂਨਰ, ਕੇ ਐਸ ਮਾਰਬਲ ਵਾਲੇ, ਇਹ ਉਹਨਾਂ ਨੂੰ ਸਕਾਊਟ ਕਰਕੇ ਗਰਾਊਂਡ ਦੇ ਵਿੱਚ ਲੈ ਕੇ ਜਾਣਗੇ ਜੀ। ਸਾਰਾ ਗਿਲ ਤੇ ਝਨੇਰ, ਰਿਜ਼ਲਟ ਬੋਲਿਓ, ਓਮ ਵੀਰ ਰਿਜ਼ਲਟ ਬੋਲੀ ਜ਼ਰੂਰ ਜੀ। ਲੈ ਵੀ ਵੀਰ ਕਿਹੜੀ ਟੀਮ, ਧਨੌਰੀ, ਧਨੌਰੀ ਦੀ ਟੀਮ ਜਿੱਤੂ ਰਹੀ ਹੈ। ਲਸਾੜਾ ਗਿੱਲ ਤੇ ਝਨੇਰ, ਲਸਾੜਾ ਗਿੱਲ ਦੀ ਟੀਮ ਪੁੱਜੀ ਹੋਈ ਹੈ ਮੇਰਾ ਖਿਆਲ, ਲਸਾੜਾ ਗਿੱਲ ਝਨੇਰ ਦੀ ਟੀਮ, ਨੋਟ ਕਰੇ ਝਨੇਰ ਦੀ ਟੀਮ ਹੱਥ ਖੜਾ ਕਰੇ ਬਈ, ਝਨੇਰ ਦੀ ਟੀਮ ਹੱਥ ਖੜਾ ਕਰੇ। ਉੱਧਰ ਹੈਰੀ ਬੱਲ ਰਕਬਾ ਅਤੇ ਇਹਨਾਂ ਦੇ ਨਾਲ ਜਿੰਨੇ ਵੀ ਮਿੱਤਰ ਮੰਡਲੀ ਪੁੱਜੀ ਹੈ ਸਾਰਿਆਂ ਦਾ ਧੰਨਵਾਦ ਹੈ, ਨਿੱਘੀ ਜੀ ਆਇਆਂ। ਪ੍ਰਧਾਨ ਜਗਦੀਪ ਸਿੰਘ ਅਤੇ ਸਾਰੀ ਪ੍ਰਬੰਧਕ ਕਮੇਟੀ ਜੀ ਆਇਆਂ ਆਖਦੀ ਹੈ। ਲਸਾੜਾ ਗਿੱਲ ਦੀ ਟੀਮ ਪੁੱਜੀ ਹੈ ਝਨੇਰ, ਝਨੇਰ ਦੀ ਟੀਮ ਨੂੰ ਲਾਸਟ 1 ਮਿੰਟ ਦੀ ਕਾਲ ਹੈ ਬਈ, ਝਨੇਰ ਦੀ ਟੀਮ ਨੋਟ ਕਰੇ ਲਾਸਟ 1 ਮਿੰਟ ਦੀ ਕਾਲ ਹੈ। ਉਸ ਤੋਂ ਬਾਅਦ ਪਹੇੜੀ ਤੇ ਜੱਸੀ ਕਲੱਬ ਚਾਹੁੰਦਾ, ਇਹ ਦੋਨੇ ਟੀਮਾਂ ਵੀ ਤਿਆਰੀ ਫੜ ਕੇ ਜਲਦੀ ਨਾਲ ਆ ਜਾਣ, ਪਹੇੜੀ ਵਰਸਜ ਜੱਸੀ ਕਲੱਬ ਚਾਹੁੰਦਾ। ਮੇਰੀ ਵੀਰੇ ਬੇਨਤੀ ਹੈ ਵੀ ਝਨੇਰ ਦੀ ਟੀਮ ਨੂੰ ਅਸੀਂ ਲਾਸਟ 1 ਮਿੰਟ ਦਿੰਦੇ ਹਾਂ। ਉੱਧਰ ਸਰਦਾਰ ਲਾਭ ਸਿੰਘ ਜੀ ਭਾਮੀਆਂ ਤੋਂ ਪੁੱਜੇ ਹੋਏ ਹੈ, 22, 23, 24 ਤੇ 25 ਸਤੰਬਰ ਕਹਿੰਦੇ ਭਾਮੀਆਂ ਕਲਾਂ ਦੇ ਫੁੱਟਬਾਲ ਦੀ ਤੇ ਕਬੱਡੀ ਦੇ ਮੇਰੇ ਕੱਪ ਦੀ ਤਰੀਕ ਹੈ ਵੀ ਆਪਾਂ ਨੋਟ ਕਰਨਾ। ਇੱਧਰ ਸਤਵਿੰਦਰ ਸਿੰਘ ਜੀ ਬਿੱਲੂ ਪੰਚ ਜੀ ਵੱਡਾ ਮਾਣ ਕਰਦੇ ਹੈ, ਵੱਡਾ ਗੋਪੀ ਜਿੰਨੇ ਵੀ ਜੱਫੇ ਲਾਊਗਾ ਹਰੇਕ ਜੱਫੇ ਤੇ 200 ਦੇ ਮਾਣ ਹੈ ਸਤਵਿੰਦਰ ਸਿੰਘ ਬਿੱਲੂ ਪੰਚ ਜੀ ਵੱਲੋਂ। ਆਰ ਪੰਜਾਬੀ ਬੋਲਾਂ ਤੋਂ ਖੁਸ਼ ਹੋ ਕੇ ਵੀ ਬਹੁਤ ਸਾਰਾ ਮਾਣ ਕੀਤਾ ਹੈ ਸਤਵਿੰਦਰ ਸਿੰਘ ਬਿੱਲੂ ਪੰਚ, ਬਹੁਤ ਬਹੁਤ ਧੰਨਵਾਦ ਹੈ ਸਾਡੇ ਸਤਿਕਾਰਯੋਗ ਵੀਰਾਂ ਦਾ। ਉੱਧਰ ਅਸ਼ੋਕ ਕੁਮਾਰ ਜੀ USA, ਮਿੰਟੂ ਫੌਜੀ, ਮੇਵਾ ਸਿੰਘ ਜੀ ਜੈ ਸਾਹਿਬ, ਪ੍ਰਧਾਨ ਸਾਡੇ ਜਗਦੀਸ਼ ਸਿੰਘ ਜੀ ਤੇ ਸਾਰੀ ਪ੍ਰਬੰਧਕ ਕਮੇਟੀ, ਅਵਤਾਰ ਸਿੰਘ ਜੀ ਮਠਾੜੂ ਸਾਡੇ ਐਕਸ ਪ੍ਰਧਾਨ, ਉਹਨਾਂ ਦਾ ਵੀ ਧੰਨਵਾਦ ਹੈ। ਧੰਨਵਾਦ ਹੈ ਜੀ ਸਾਰਿਆਂ ਦਾ। ਹੁਣ ਆਪਾਂ ਮੈਚ ਵੀ ਸ਼ੁਰੂ ਕਰ ਦਈਏ ਵੀ ਕਿਹੜੀਆਂ ਕਿਹੜੀਆਂ ਟੀਮਾਂ ਦਾ, ਕਿਉਂਕਿ ਧੁੱਪ ਦੇ ਵਿੱਚ ਦੁਨੀਆ ਖੜੀ ਹੈ। ਲਸਾੜੇ ਦੀ ਟੀਮ ਗਰਾਊਂਡ ਵਿੱਚ ਪੁੱਜ ਗਈ ਤੇ ਬੇਨਤੀ ਹੈ ਝਨੇਰ ਦੀ ਟੀਮ ਆ ਗਈ ਕਿ ਨਹੀਂ, ਝਨੇਰ, ਝਨੇਰ ਦੀ ਟੀਮ ਬਹੁਤ ਜਲਦ ਜਿਹੜੀ ਖੇਡ ਮੈਦਾਨ ਦੇ ਵਿੱਚ ਪੁੱਜੇਗੀ। ਹੈਰੀ ਬੱਲ ਰਕਬੇ ਵਾਲ ਦਾ ਜਿੱਥੇ ਇੱਥੇ ਪੁੱਜਣ ਤੇ ਧੰਨਵਾਦ ਹੈ। ਉਹਨਾਂ ਦੇ ਨਾਲ ਕਾਕਾ ਸੰਘੇੜੇ, ਕਾਕਾ ਸੰਘੇੜਾ ਸਹੌਲੀ ਪਿੰਡ ਹੈ ਕਹਿੰਦੇ ਸਰਾਭੇ ਦੇ ਲਾਗੇ, ਕਾਕੇ ਸੰਘੇੜੇ ਦਾ ਹੈ ਅੰਮ੍ਰਿਤ ਸੰਘੇੜਾ ਵੀ ਸਾਡਾ ਵੀਰ ਕਹਿੰਦੇ ਚੇਚੇ ਤੌਰ ਦੇ ਉੱਤੇ ਪੁੱਜਿਆ ਹੋਇਆ ਹੈ। ਸਹੌਲੀ ਪਿੰਡ ਤੋਂ ਜਿੰਨੇ ਵੀ ਸਾਡੇ ਭਰਾ ਚੇਚੇ ਤੌਰ ਦੇ ਉੱਤੇ ਪੁੱਜੇ ਨੇ ਸਾਰਿਆਂ ਦਾ ਧੰਨਵਾਦ ਹੈ। ਲਸਾੜੇ ਦੀ ਟੀਮ ਸੈਕਿੰਡ ਰਾਊਂਡ ਦਾ ਪਹਿਲਾ ਮੈਚ ਖੇਡਣ ਲਈ ਟੀਮ ਗਰਾਊਂਡ ਵਿੱਚ ਆਈ ਸੀ ਅਤੇ ਇਹ ਖਿਡਾਰੀ ਅੱਧਾ ਘੰਟਾ ਬੈਠ ਕੇ ਚਲੇ ਗਏ ਗਰਾਊਂਡ ਦੇ ਵਿੱਚੋਂ, ਕਿਉਂਕਿ ਝਨੇਰ ਦਾ ਇੱਕ ਪਲੇਅਰ 75 ਕਿਲੋ ਦਾ ਮੈਚ ਖੇਡ ਰਿਹਾ ਸੀ। ਉਹਨਾਂ ਦੇ ਕਹਿਣ 'ਤੇ ਅਸੀਂ ਉਹਨਾਂ ਦੀ ਗੁਜ਼ਾਰਿਸ਼ ਨੂੰ ਮੰਨਦੇ ਹੋਏ ਕਾਂਤੇ ਬਾਈ ਮੈਚ ਲਾਸਟ ਕਰ ਦਿੱਤਾ। ਹੁਣ ਫਿਰ ਉਹੀ ਚੱਕਰ ਹੈ, ਝਨੇਰ ਵਾਲਿਆਂ ਨੂੰ ਹਾਕਾ ਮਾਰੀ ਜਾਓ, ਇਹਨਾਂ ਤੋਂ ਗਲਤੀ ਹੋ ਗਈ ਕੋਈ ਲਸਾੜੇ ਵਾਲਿਆਂ ਤੋਂ। ਗੋਪੀ ਹੋਣੀ ਕਦੋਂ ਦੇ ਬੈਠੇ ਨੇ ਇੱਥੇ, ਸਾਰੇ ਦਰਸ਼ਕਾਂ ਨੇ ਵੀ ਦੇਖਿਆ ਹੈ। ਝਨੇਰ ਵਾਲਿਓ ਆ ਜਾਓ ਬਾਈ, ਪਲੀਜ਼ ਹੱਥ ਬੰਨ ਕੇ ਬੇਨਤੀ ਹੈ ਤੁਹਾਡੇ ਚਰਨਾਂ ਦੇ ਵਿੱਚ। ਇਹ ਤਾਂ ਲਸਾੜੇ ਵਾਲੇ ਆ ਕਾਂਤੇ ਬਾਈ, ਲਸਾੜੇ ਵਾਲੇ ਹੀ ਆਏ ਬਾਈ। ਝਨੇਰ
ਮੇਰੀ ਬੇਨਤੀ ਆ ਰੈਫਰੀ ਸਬਾਨ ਇੱਕ ਮਿੰਟ ਦਾ ਸਮਾਂ ਲਾ ਲਿਓ ਜੀ ਘੜੀ ਤੋਂ ਠੀਕ ਇੱਕ ਮਿੰਟ ਦਾ ਸਮਾਂ ਦੇ ਦਿਓ ਨਾਲ ਹੀ ਇਹ ਟੀਮ ਜਿਹੜੀ ਸਕਰੈਚ ਕੀਤੀ ਜਾਣੀ ਹੈ ਅਗਲਾ ਮੈਚ ਜੱਸੀ ਕਲੱਬ ਚੌਂਦਾ ਵਰਸਜ ਪਹੇੜੀ ਇਹ ਦੋਨੇ ਟੀਮਾਂ ਨੂੰ ਮੇਰੀ ਬੇਨਤੀ ਹੈ ਤਿਆਰੀ ਫੜ ਕੇ ਦਿਖਾਈ ਦੇਣ ਦੋਨੇ ਹੀ ਟੀਮਾਂ ਜੱਸੀ ਕਲੱਬ ਚੌਂਦਾ ਅਤੇ ਪਹੇੜੀ ਉੱਧਰ ਰਾਏ ਖੇਤੀ ਸੇਵਾ ਸੈਂਟਰ ਦਾ ਬਹੁਤ ਵੱਡਾ ਧੰਨਵਾਦ ਹੈ ਅਸ਼ੋਕ ਕੁਮਾਰ ਜੀ ਯੂ ਐਸ ਏ ਅਤੇ ਧਰਮ ਸਿੰਘ ਜੀ ਕੈਨੇਡਾ ਜਿਨ੍ਹਾਂ ਨੇ ਵੱਡੇ ਮਾਣ ਕੀਤੇ ਹੈ ਬਹੁਤ ਬਹੁਤ ਧੰਨਵਾਦ ਜੀ ਦਲਜੀਤ ਬਾਈ ਦਲਜੀਤ ਜੀ ਐਮ ਪੀ ਵੀਰੇ ਆਉਂਦੇ ਆ ਝਨੇਰ ਵਾਲੇ ਕੋਈ ਨਹੀਂ ਤੂੰ ਲਸਾੜੇ ਵਾਲੇ ਨੂੰ ਨਾ ਲਾਈਨ ਅਪ ਕਰ ਲਾ ਠੀਕ ਹੈ ਆਪਣੇ ਕੋਲ ਜਿੰਨਾ ਟਾਈਮ ਦੀ ਬੱਚਤ ਹੋ ਜਾਵੇ ਉਨੀ ਵਧੀਆ ਗੱਲ ਹੈ ਲਸਾੜੇ ਦੇ ਪਲੇਅਰ ਲਾਈਨ ਅਪ ਨੇ ਮੇਰੀ ਬੇਨਤੀ ਹੈ ਸਾਡੇ ਵੀਰ ਮਨਿੰਦਰ ਉਹਨਾਂ ਨੂੰ ਮਨਿੰਦਰ ਜੀ ਜਗਦੀਸ਼ ਪ੍ਰਧਾਨ ਜੀ ਆਪਾਂ ਹੈਰੀ ਵੀਰ ਉਹਨਾਂ ਨੂੰ ਗਰਾਊਂਡ ਵਿੱਚ ਲੈ ਕੇ ਜਾਈਏ ਖਿਡਾਰੀਆਂ ਦੇ ਨਾਲ ਜਾਣ ਪਹਿਚਾਣ ਕਰਵਾਉਣ ਦੇ ਲਈ ਹੈਰੀ ਬੱਲ ਰਕਬੇ ਵਾਲਾ ਯਾਰਾਂ ਦਾ ਯਾਰ ਹੈ ਮੁੱਲਾਪੁਰ ਦੇ ਏਰੀਏ ਦੇ ਵਿੱਚ ਮੇਰੇ ਵੀਰੋ ਜਦੋਂ ਵੀ ਪੁੱਜੀਦਾ ਸਾਡਾ ਭਰਾ ਵੱਡੇ ਮਾਣ ਬਖਸ਼ਦਾ ਹੈ ਹੈਰੀ ਬੱਲ ਰਕਬੇ ਦੀ ਧਰਤੀ ਦਾ ਹਰਦਿਆਲ ਸਿੰਘ ਜੀ ਕਹਿੰਦੇ ਪੁੱਜਿਆ ਹੋਇਆ ਹੈ ਖੰਨੇ ਵਾਲਿਆ ਮਾਫੀ ਚਾਹੁੰਦਾ ਹੈ ਤੂੰ ਜਾਣਦਾ ਹੀ ਹੈ ਇੱਧਰ ਬੱਖੀ ਚੌਂਗਲ